ਗੁੱਸੇ ਗੁੱਸੇ ਵਿੱਚ ਗੱਲ ਦੀ ਗਾਲ ਬਣ ਜੇ ਤੇ ਗਾਲ ਕੱਢ ਕੇ ਗੱਲ ਵਧਾਈ ਦੀ ਨਹੀਂ। ਗੁੱਸੇ ਗੁੱਸੇ ਵਿੱਚ ਗੱਲ ਦੀ ਗਾਲ ਬਣ ਜੇ ਤੇ ਗਾਲ ਕੱਢ ਕੇ ਗੱਲ ਵਧਾਈ ਦੀ ਨਹੀਂ। ਗਾਲ ਭੈਣ ਦੀ ਸੀਨਾ ਕਰੇ ਛਲਣੀ ਤੇ ਗਾਲ ਮਾਂ ਦੀ ਸੁਣੀ ਸੁਣਾਈ ਦੀ ਨਹੀਂ। ਮਿੱਠਾ ਬੋਲੇ ਜੇ ਦੁਸ਼ਮਣ ਵੀ ਮੋਮ ਹੋ ਜੇ ਤੇ ਉਸ ਮੋਮ ਤੇ ਅੱਗ ਫਿਰ ਪਾਈ ਦੀ ਨਹੀਂ, ਉਸ ਮੋਮ ਤੇ ਅੱਗ ਫਿਰ ਪਾਈ ਦੀ ਨਹੀਂ। ਬਿਲਕੁਲ ਜੀ, ਸੈਣੇ ਦੀਆਂ ਕਈਆਂ ਹੋਈਆਂ ਇਹਨਾਂ ਗੱਲਾਂ ਦੇ ਨਾਲ ਮੈਂ ਜਗਤਾਰ ਸਿੰਘ ਜੱਗੀ ਇੱਕ ਵਾਰ ਫਿਰ ਹਾਜ਼ਰ ਹਾਂ ਅੱਜ ਦਾ ਲਾਈਵ ਸ਼ੋਅ ਲੈ ਕੇ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਕੱਲ੍ਹ ਦਾ ਲਾਈਵ ਸ਼ੋਅ ਨਹੀਂ ਹੋ ਸਕਿਆ ਮੇਰਾ, ਕਿਉਂਕਿ ਕੱਲ੍ਹ ਇੱਕ ਐਡਾ ਵੱਡਾ ਜਿਹੜਾ ਕੰਮ ਹੋ ਰਿਹਾ ਸੀ ਅਮੈਰੀਕਾ ਦੇ ਵਿੱਚ, ਅਤੇ ਉਹ ਫਿਰ ਮੁੱਦਾ ਹੀ ਅੱਗੇ ਕੰਟੀਨਿਊ ਕੀਤਾ ਸੀਗਾ। ਸੰਦੀਪ ਸਿੰਘ ਧਾਲੀਵਾਲ ਸਾਹਿਬ ਦੀ ਕੱਲ੍ਹ ਜਿਹੜੇ ਫਿਊਨਰਲ ਸੀਗਾ। ਪਰ ਇੱਕ ਗੱਲ ਮੈਂ ਜ਼ਰੂਰ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਫਿਰ ਇੱਕ ਵਾਰ ਸਲਿਊਟ ਕਰੂੰਗਾ ਸੰਦੀਪ ਸਿੰਘ ਧਾਲੀਵਾਲ ਨੂੰ। ਉਹ ਇੱਕ ਵੱਖਰੇ ਤਰੀਕੇ ਨਾਲ, ਅਸੀਂ ਸਿੱਖਾਂ ਦੀ ਪਹਿਚਾਣ ਦੀ ਗੱਲ ਹਮੇਸ਼ਾ ਕਰਦੇ ਹਾਂ ਕਿ ਸਿੱਖਾਂ ਦੀ ਪਛਾਣ ਜਿਹੜੀ ਉਹ ਨਹੀਂ ਬਣ ਰਹੀ, ਪਤਾ ਨਹੀਂ ਲੱਗ ਰਿਹਾ, ਪਤਾ ਨਹੀਂ ਲੱਗ ਰਿਹਾ, ਪਰ ਇੱਕ ਵੱਖਰੇ ਤਰੀਕੇ ਦੇ ਨਾਲ ਉਹ ਸਿੱਖਾਂ ਦੀ ਪਛਾਣ ਨੂੰ ਬਹੁਤ ਉੱਚਾ ਕਰ ਗਏ ਸੰਦੀਪ ਸਿੰਘ ਧਾਲੀਵਾਲ। ਬਿਲਕੁਲ ਵੱਖਰੇ ਤਰੀਕੇ ਨਾਲ ਇੱਕ ਐਸਾ ਯੋਗਦਾਨ ਪਾ ਗਏ ਸਿੱਖਾਂ ਦੀ ਪਛਾਣ ਦੇ ਵਿੱਚ ਜਿਹੜਾ ਮੇਰੇ ਖਿਆਲ ਰਹਿੰਦੀ ਦੁਨੀਆ ਤੱਕ ਉੱਦਾਂ ਨਹੀਂ ਸੀ ਪੈਣਾ। ਚਲੋ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ, ਹੋਇਆ ਬਹੁਤ ਮਾੜਾ, ਪਰ ਸਲਿਊਟ ਕਰਦੇ ਹਾਂ ਇੱਥੋਂ ਦੇ ਕਾਨੂੰਨ ਨੂੰ ਵੀ, ਇੱਥੋਂ ਦੇ ਸਿਸਟਮ ਨੂੰ, ਇੱਥੋਂ ਦੇ ਲੋਕਾਂ ਨੂੰ ਜਿਨ੍ਹਾਂ ਨੇ ਇੰਨਾ ਉਹਨਾਂ ਨੂੰ ਇੰਨਾ ਮਾਣ ਬਖਸ਼ਿਆ। ਔਰ ਨਾਲ ਦੀ ਨਾਲ ਕਾਨੂੰਨ ਦੀ ਗੱਲ ਮੈਂ ਕੀਤੀ ਹੈ ਅਤੇ 2 ਤਰੀਕ ਨੂੰ ਫਿਊਨਰਲ ਸੀਗਾ ਅਤੇ 1 ਤਰੀਕ ਨੂੰ ਫਾਂਸੀ ਦੀ ਸਜ਼ਾ ਅਨਾਊਂਸ ਹੋ ਗਈ ਸੀ ਕਾਤਲ ਨੂੰ ਕਹਿੰਦੇ। ਚਲੋ, ਇਹ ਕੱਲ੍ਹ ਦਾ ਇੱਕ ਬਹੁਤ ਵੱਡਾ ਜਿਹੜਾ ਸੀਗਾ ਇੱਥੇ ਅਮੈਰੀਕਾ ਦੀ ਧਰਤੀ 'ਤੇ ਇੱਕ ਬੜਾ ਵੱਡਾ ਹਾਦਸਾ ਕਹਿ ਲਓ, ਬੜਾ ਵੱਡਾ ਇੱਕ ਦਿਲ ਹਲੂਣ ਦੇਣ ਵਾਲਾ ਹਾਦਸਾ ਜਿਹੜਾ ਸੀਗਾ, ਔਰ ਬਹੁਤ ਲੋਕਾਂ ਨੇ, ਪੂਰੀ ਦੁਨੀਆ ਦੇ ਲੋਕਾਂ ਨੇ ਪੂਰਾ ਦਰਦ ਮਨਾਇਆ ਕਿ ਇਹੋ ਜਿਹੇ ਹਾਦਸੇ ਜਿਹੜੇ ਨਹੀਂ ਹੋਣੇ ਚਾਹੀਦੇ। ਚਲੋ ਖੈਰ, ਹੁਣ ਆਪਾਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਥੋੜ੍ਹੀ ਪੰਜਾਬ ਦੀ ਗੱਲਬਾਤ ਵੀ ਕਰ ਲੈਂਦੇ ਹਾਂ ਜੀ, ਕਰਨੀ ਬਣਦੀ ਹੈ ਪੰਜਾਬ ਦੀ। ਕੱਲ੍ਹ ਲੰਘ ਕੇ ਗਈ ਹੈ, ਕਹਿੰਦੇ ਗਾਂਧੀ ਜਯੰਤੀ ਲੰਘ ਕੇ ਗਈ ਹੈ ਔਰ ਬੜੀ ਧੂਮਧਾਮ ਦੇ ਨਾਲ ਮਨਾਈ ਗਈ, ਪੂਰੇ ਹਿੰਦੁਸਤਾਨ ਦੇ ਵਿੱਚ, ਪੂਰੇ ਭਾਰਤ ਦੇ ਵਿੱਚ ਧੂਮਧਾਮ ਦੇ ਨਾਲ ਮਨਾਈ ਗਈ ਗਾਂਧੀ ਜਯੰਤੀ। ਔਰ ਇਹ ਚੀਜ਼ ਇੱਕ ਦੇਖਣ ਦੇ ਵਿੱਚ ਆਈ ਫੋਟੋ ਕਿ ਮੋਦੀ ਸਾਹਿਬ ਪਹਿਲਾਂ ਤਾਂ ਗਾਂਧੀ ਸਾਹਿਬ ਦੇ ਉੱਥੇ ਜਾ ਕੇ ਸ਼ਰਧਾਂਜਲੀ ਭੇਟ ਕਰਕੇ ਆਏ, ਉਹਨਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਕੇ ਆਏ, ਅਤੇ ਉਦੋਂ ਬਾਅਦ ਨਾਥੂਰਾਮ ਗੌਂਡਸੇ ਜਿਨ੍ਹਾਂ ਨੇ ਗਾਂਧੀ ਸਾਹਿਬ ਨੂੰ ਮਾਰਿਆ ਸੀਗਾ, ਅਤੇ ਫਿਰ ਉਹਨਾਂ ਦੀ ਸਮਾਧ 'ਤੇ ਜਾ ਕੇ ਉੱਥੇ ਵੀ ਫੁੱਲ ਚੜ੍ਹਾ ਕੇ ਆਏ ਉਹਨਾਂ ਦੀ ਬਰਸੀ 'ਤੇ। ਚਲੋ, ਇਹ ਖੈਰ ਸਿਆਸਤ ਹੈਗੀ ਹੈ, ਸਿਆਸਤ ਕੀ ਕਰਦੀ ਕੀ ਨਹੀਂ ਕਰਦੀ, ਪਰ ਅਗਰ ਅਸੀਂ ਗੱਲ ਕਰੀਏ ਤਾਂ ਭਗਤ ਸਿੰਘ ਨੂੰ ਉਸ ਤਰੀਕੇ ਨਾਲ ਜਿਹੜੀ ਭਗਤ ਸਿੰਘ ਦੀ ਜਯੰਤੀ ਸੀਗੀ, ਜਨਮਦਿਨ ਸੀਗਾ, ਉਸ ਤਰੀਕੇ ਨਾਲ ਪੂਰੇ ਭਾਰਤ ਦੇ ਵਿੱਚ ਨਹੀਂ ਮਨਾਇਆ ਜਾਂਦਾ ਜਿਸ ਤਰੀਕੇ ਨਾਲ ਮਹਾਤਮਾ ਗਾਂਧੀ ਦਾ ਜਨਮਦਿਨ ਮਨਾਇਆ ਜਾਂਦਾ। ਇਹਦਾ ਕੋਈ ਕਾਰਨ ਹੋ ਸਕਦਾ, ਕਿੱਥੇ ਫਰਕ ਹੈ ਕਿੱਥੇ ਨਹੀਂ, ਇਸ ਗੱਲ 'ਚ ਆਪਾਂ ਨਹੀਂ ਪੈਣਾ, ਪਰ ਇਹ ਗੱਲ ਪੱਕੀ ਹੈ ਕਿ ਭਾਰਤ ਦੇ ਵਿੱਚ 3 ਛੁੱਟੀਆਂ ਜਿਹੜੀਆਂ ਉਹ ਪੱਕੀਆਂ ਨੇ, ਕੋਈ ਨਹੀਂ ਹਿਲਾ ਸਕਦਾ, 1 26 ਜਨਵਰੀ, 15 ਅਗਸਤ, 3 2 ਅਕਤੂਬਰ ਦੀ, ਜੇ ਕਿਤੇ 2 ਅਕਤੂਬਰ ਨੂੰ ਐਤਵਾਰ ਆ ਜਾਂ ਸੋਮਵਾਰ ਦੀ ਵੀ ਕਰ ਦਿੰਦੇ। ਚਲੋ ਖੈਰ, ਇਹ ਚੀਜ਼ਾਂ ਜਿਹੜੀਆਂ ਸਿਆਸਤ ਦੀਆਂ ਗੱਲਾਂ ਹਮੇਸ਼ਾ ਕਰਦੇ ਰਹੀਦਾ, ਇੱਕ ਹੋਰ ਥੋੜ੍ਹੀ ਜਿਹੀ ਸਿਆਸਤ ਦੀ ਗੱਲ ਕਰਕੇ ਫਿਰ ਆਪਣੇ ਪ੍ਰੋਗਰਾਮ ਵਾਲੇ ਪਾਸੇ ਚੱਲਾਂਗੇ। ਹਰਿਆਣੇ ਦੇ ਵਿੱਚ ਅਕਾਲੀ ਦਲ ਵਾਲੇ ਆਪਣੇ ਉਮੀਦਵਾਰ ਖੜਾਏ ਆ, ਜਿੱਦਣ ਤੋੜ ਵਿਛੋੜਾ ਹੋਇਆ, ਕਹਿੰਦੇ ਪਤੀ ਪਤਨੀ ਦਾ ਤਲਾਕ ਹਜੇ ਨਹੀਂ ਹੋਇਆ, ਹਜੇ ਰਿਸ਼ਤੇਦਾਰ ਵਿੱਚ ਪਏ ਹੋਏ ਨੇ, ਵੀ ਛੱਡੋ ਪਰੇ, ਹੁਣ ਕਿਹੜੀ ਰਹਿ ਗਈ ਉਮਰ ਜਿਹੜੀ ਹੁਣ ਤੁਸੀਂ ਤਲਾਕ ਲੈਂਦੇ ਹੋ, ਹੁਣ ਹੋਰ 2-4 ਸਾਲ ਹੈ ਗਈ ਦੇ ਕੱਢ ਕੁੱਢ ਲਓ, ਅਤੇ ਉਹ ਪੈ ਕੇ ਰਿਸ਼ਤੇਦਾਰ ਵਿੱਚ ਲੱਗੇ ਹੋਏ ਨੇ ਤਲਾਕ ਜਿਹੜਾ ਇਹ ਸੁਲਾਹ ਕਰਾਉਣ ਵਾਸਤੇ। ਪਰ ਇੱਕ ਵਾਰੀ ਜਿਹੜਾ ਪਟਾਕਾ ਇਹ ਪਿਆ ਹਰਿਆਣੇ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ, ਅਤੇ ਔਰ ਉੱਥੇ ਸੁਖਬੀਰਵਾਲ ਸਾਹਿਬ ਨੇ ਜਿਵੇਂ ਪਹਿਲਾਂ ਪੰਜਾਬ ਦੇ ਵਿੱਚ ਬਿਆਨ ਦਿੱਤਾ ਸੀ, ਰਾਜ ਕਰਾਂਗੇ 25 ਸਾਲ, ਮਤਲਬ ਹਰ ਰਿਦਮ 'ਤੇ ਟੇਬਲ ਠੋਕਿਆ ਸੀ, ਜਿੱਥੇ ਵੀ ਉਹ ਖੜ੍ਹੇ ਸੀਗੇ ਪੋਡੀਅਮ ਵਗੈਰਾ 'ਤੇ, 3 ਵਾਰੀ ਉਦੋਂ ਵੀ ਟੇਬਲ ਠੋਕਿਆ ਸੀ, ਔਰ 3 ਵਾਰੀ ਤਲਾਕ ਵੀ ਕਹਿੰਦੇ ਹੁੰਦੇ, 3 ਵਾਰੀ ਉਦੋਂ ਸੁਖਬੀਰ ਬਾਦਲ ਸਾਹਿਬ ਨੇ ਕਿਹਾ ਸੀ ਰਾਜ ਕਰਾਂਗੇ 25 ਸਾਲ, ਅਤੇ ਹੁਣ ਵੀ ਜਦੋਂ ਹਰਿਆਣਾ ਦੇ ਵਿੱਚ ਇਹਨਾਂ ਨੇ ਆਪਣੀ ਰੈਲੀ ਕੀਤੀ ਤਾਂ ਉੱਥੇ ਵੀ ਕਿਹਾ ਚੋਣਾਂ ਲੜਾਂਗੇ। ਚਲੋ ਜੀ, ਚੋਣਾਂ ਫਿਰ ਹਰਿਆਣੇ ਦੀਆਂ ਜਿੱਤਾਂਗੇ, ਅਤੇ ਅਖੀਰ ਓਮ ਪ੍ਰਕਾਸ਼ ਚੁਰਾਲੇ ਦੇ ਨਾਲ 5 ਸੀਟਾਂ ਦਾ ਸਮਝੌਤਾ ਕਰਕੇ ਤਾਂ ਉੱਥੇ ਆਪਣੇ ਬੰਦੇ ਖੜ੍ਹੇ ਕੀਤੇ ਨੇ। ਇਹ ਵੀ ਰਾਜਨੀਤੀ ਹੈ ਜੀ, ਅਸੀਂ ਹੁਣ ਇਹਦੇ 'ਚ ਕੀ ਕਰ ਸਕਦੇ, ਹੁਣ ਪੰਜਾਬ ਦੇ ਵਿੱਚ ਕੀ ਪਟਾਕਾ ਪੈਂਦਾ ਦੇਖਣ ਵਾਲੀ ਗੱਲ ਇਹ ਹੈ ਬੀ ਜੇ ਪੀ ਦਾ ਅਤੇ ਅਕਾਲੀ ਦਲ ਦਾ, ਔਰ ਜੇ ਇਹ ਪਟਾਕਾ ਪੈਂਦਾ ਤਾਂ
ਬੜੀ ਵੱਡੀ ਉਥਲ ਪੁਥਲ ਹੋਏਗੀ ਕਿ ਤੇ ਬੀਜੇਪੀ ਲੱਗੀ ਹੋਈ ਹੈ ਪੂਰਾ ਆਧਾਰ ਬਣਾਉਣ ਸਿੱਖਾਂ ਦੇ ਵਿੱਚ, ਪੰਜਾਬੀਆਂ ਦੇ ਵਿੱਚ ਚੰਗੇ ਕੰਮ ਕਰਕੇ, ਬਹੁਤ ਚੰਗੇ ਕੰਮ ਕਰਕੇ ਇੱਦਾਂ ਦੇ ਆਧਾਰ ਬਣਾਉਣ ਲੱਗੀ ਹੋਈ ਹੈ। ਬਾਕੀ ਦੇਖੋ ਬਾਕੀ ਕੀ ਕਰਨ ਕਰਾਉਣ ਦੀ ਲੋੜ ਹੈ, 500-400 ਕਰੋੜ ਦੀ ਗੇਮ ਹੈ, ਉੱਧਰੋਂ ਉਹਨੂੰ ਪੱਟੋ ਉੱਧਰੋਂ ਉਹਨੂੰ ਪੱਟੋ ਅਤੇ ਆਪਣੀ ਪਾਰਟੀ ਖੜ੍ਹੀ ਹੋ ਜਾਂਦੀ, ਵਧੀਆ ਗੱਲ ਕਿਹੜੀ ਹੈ। ਚਲੋ ਖੈਰ, ਮੈਂ ਕੁਛ ਜ਼ਿਆਦਾ ਹੀ ਰਾਜਨੀਤੀ ਵਿੱਚ ਚਲੇ ਗਿਆ ਅਤੇ ਇੰਨਾ ਵੀ ਰਾਜਨੀਤੀ ਵਿੱਚ ਨਹੀਂ ਜਾਣਾ ਚਾਹੀਦਾ। ਸੋ ਅੱਜ ਦੇ ਵਿਸ਼ੇ ਵੱਲ ਚੱਲਦੇ ਹਾਂ। ਜਿਵੇਂ ਪਹਿਲਾਂ ਸ਼ੇਅਰ ਦੇ ਵਿੱਚ ਪਹਿਲੀ ਲਾਈਨ ਆਉਂਦੀ ਹੈ, ਗੁੱਸੇ ਗੁੱਸੇ ਵਿੱਚ ਗੱਲ ਦੀ ਗਾਲ ਬਣ ਜੇ ਅਤੇ ਗਾਲ ਕੱਢ ਕੇ ਗੱਲ ਵਧਾਈ ਦੀ ਨਹੀਂ। ਗਾਲ ਇੱਕ ਐਸਾ ਸ਼ਬਦ ਹੈ ਜਿਹਦੇ ਨਾਲ ਗੱਲ ਜਿਹੜੀ ਹੈ ਉਹ ਕਿਤੇ ਤੋਂ ਕਿਤੇ ਪਹੁੰਚ ਜਾਂਦੀ ਹੈ, ਕਤਲ ਤੱਕ ਹੋ ਜਾਂਦੇ ਨੇ। ਇਹ ਪਹਿਲੇ ਸਮਿਆਂ ਦੀ ਗੱਲ ਹੈ। ਪਹਿਲੇ ਸਮਿਆਂ ਦੇ ਵਿੱਚ ਜੇ ਗਾਲ ਕੱਢਦੇ ਵੀ ਸੀ ਤਾਂ ਬੜੀ ਸਾਊ ਜੀ ਗਾਲ ਹੁੰਦੀ ਸੀ, ਤੇਰਾ ਬੇੜਾ ਬਹਿ ਜਾਏ, ਤੇਰਾ ਬੇੜਾ ਤਰ ਜਾਏ, ਤੇਰਾ ਇਹੋ ਜਿਹੀਆਂ ਗਾਲਾਂ ਹੁੰਦੀਆਂ ਸੀਗੀਆਂ। ਅਤੇ ਅੱਜ ਕੱਲ੍ਹ ਅਸੀਂ ਸ਼ਾਇਦ ਫਿਲਮਾਂ ਕਰਕੇ ਜਾਂ ਕਲਾਕਾਰਾਂ ਕਰਕੇ ਅਤੇ ਆਮ ਜਿਹੜੀ ਹੈ ਗਾਲ ਜਿਹੜੀ ਘਰ ਦੇ ਵਿੱਚ ਆਮ ਹੋ ਗਈ, ਘਰਾਂ ਦੇ ਵਿੱਚ ਦੋ ਯਾਰ ਦੋਸਤ ਜਿਹੜੇ ਆ ਪਹਿਲਾਂ ਇੱਕ ਦੂਜੇ ਨੂੰ ਸਕੇ ਭਰਾ ਸਕੇ ਭੈਣ ਸਮਝਦੇ ਹੁੰਦੇ ਸੀ, ਉਹ ਵੀ ਮਾਵਾਂ ਭੈਣਾਂ ਦੀਆਂ ਗਾਲਾਂ ਆਮ ਜਿਹੜੇ ਇੱਕ ਦੂਜੇ ਨੂੰ ਪਿਆਰ ਪਿਆਰ ਦੇ ਵਿੱਚ ਕੱਢਦੇ ਦੇਖੇ ਆ। ਅਤੇ ਘਰ ਦੇ ਵਿੱਚ ਗਏ ਸੀ ਤਾਂ ਉੱਥੇ ਨਿਆਣੇ ਨੂੰ ਹੀ ਉਹਨੇ ਬਣਾ ਬੁਲਾਇਆ, ਨਿਆਣੇ ਆਪਦੇ ਮੁੰਡੇ ਨੂੰ, ਓਏ ਸਾਲਿਆ ਤੇਰਾ, ਮੈਂ ਕਿਹਾ ਇਹ ਕੀ ਬਈ, ਕਹਿੰਦਾ ਜੀ ਇੰਨਾ ਕੁ ਚੱਲਦਾ। ਚਲੋ ਇੰਨਾ ਕੁ ਚੱਲਣ ਲਾ ਤਾ ਸਾਡੇ ਪੰਜਾਬੀਆਂ ਨੇ ਬਹੁਤ ਸਾਰੇ ਘਰਾਂ ਦੇ ਵਿੱਚ, ਪਰ ਇਹ ਚੱਲਣਾ ਨਹੀਂ ਚਾਹੀਦਾ। ਆਪਾਂ ਗੱਲ ਕਰਨੀ ਹੈ ਵੀ ਗਾਲ ਜਿਹੜੀ ਆ ਉਹ ਉਦੋਂ ਹੀ ਨਿਕਲਦੀ ਜਦੋਂ ਬੰਦੇ ਨੂੰ ਗੁੱਸਾ ਆਉਂਦਾ, ਔਰ ਇਹ ਵੀ ਗੱਲ ਹਜੇ ਤੱਕ ਸਮਝ ਨਹੀਂ ਆਈ ਕਿ ਜਦੋਂ ਗੁੱਸਾ ਆਉਂਦਾ ਤਾਂ ਉਦੋਂ ਗਾਲ ਹੀ ਕਿਉਂ ਨਿਕਲਦੀ ਮੂੰਹ। ਚਾਹੇ ਚੰਗਾ ਭਲਾ ਸਿਆਣਾ ਬਿਆਣਾ ਬੰਦਾ, ਬਹੁਤ ਸਾਰੇ ਚਲੋ ਜਿਹੜੇ ਗੁਣੀ ਗਿਆਨੀ ਅਸੀਂ ਗੱਲ ਕਰਦੇ ਹਾਂ ਉਹ ਕੰਟਰੋਲ ਕਰ ਜਾਂਦੇ ਨੇ, ਉਹ ਗੱਲ ਹਿਸਾਬ ਦੀ ਕਰਦੇ ਨੇ, ਪਰ ਬਹੁਤ ਸਾਰੇ ਜਿਹੜੇ ਸਾਡੇ ਦਿਮਾਗ ਦੇ ਵਿੱਚ ਬੜੇ ਵੱਡੇ ਥੰਮ ਬਣੇ ਹੈਗੇ ਨੇ, ਬੜੇ ਵੱਡੇ ਪ੍ਰਚਾਰਕ ਨੇ ਜਾਂ ਬੜਾ ਵੱਡਾ ਉਹਨਾਂ ਦਾ ਰੁਤਬਾ ਹੈਗਾ, ਗੁੱਸੇ ਦੇ ਵਿੱਚ ਉਹ ਵੀ ਗਾਲ ਕੱਢ ਜਾਂਦੇ ਆ। ਇਹ ਗਾਲ ਬਣਾਈ ਕੀ ਨੇ ਜਿਹੜੀ ਪਤਾ ਨਹੀਂ ਲੱਗਦਾ ਕਦੋਂ ਬੰਦਾ ਕੱਢ ਜਾਂਦਾ ਕਦੋਂ ਨਹੀਂ ਕੱਢ ਜਾਂਦਾ। ਗੱਲ ਅੱਜ ਕਰਨੀ ਗੁੱਸੇ ਦੀ, ਅਤੇ ਗੁੱਸਾ ਆਉਂਦਾ ਤਾਂ ਗਾਲ ਹੀ ਕਿਉਂ ਨਿਕਲਦੀ ਮੂੰਹ 'ਚੋਂ। ਵੈਸੇ ਇਹ ਅਣਜਾਣ ਸਾਹਿਬ ਦੀ ਗੱਲ ਮੈਨੂੰ ਅੱਜ ਫਿਰ ਚੇਤੇ ਆ ਗਈ, ਪਹਿਲਾਂ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ, ਵੀ ਕਹਿੰਦੇ ਵੀ ਜਿਵੇਂ ਅਸੀਂ ਗੱਲ ਕਰੀ ਦੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ, ਪੰਜ ਚੀਜ਼ਾਂ ਨੇ, ਤਾਂ ਮੈਨੂੰ ਅਣਜਾਣ ਸਾਹਿਬ ਨੇ ਪੁੱਛਿਆ ਵੀ ਇਹਨਾਂ ਦੇ ਵਿੱਚੋਂ ਇੱਕ ਬੰਦਾ ਸਿਆਣਾ ਉਹ ਕਿਹੜਾ। ਮੈਂ ਕਿਹਾ ਜੀ ਇਹ ਇਹਨਾਂ 'ਚੋਂ ਕਿਹੜਾ ਸਿਆਣਾ, ਸਾਰੇ ਹੀ ਮਾੜੇ ਨੇ। ਉਹ ਕਹਿੰਦੇ ਵੀ ਇਹਨਾਂ ਦੇ ਵਿੱਚ ਗੁੱਸਾ ਜਿਹੜਾ ਉਹ ਸਿਆਣਾ ਇਸ ਕਰਕੇ ਹੈ ਕਿ ਉਹ ਅੱਗੇ ਜਦੋਂ ਤਕੜਾ ਬੰਦਾ ਦੇਖਦਾ ਤਾਂ ਫਿਰ ਠੰਡਾ ਵੀ ਹੋ ਜਾਂਦਾ, ਫਿਰ ਪਿੱਛੇ ਵੀ ਪੈਰ ਖਿੱਚ ਲੈਂਦਾ। ਪਰ ਇਹ ਗੁੱਸਾ ਜਦੋਂ ਆਉਂਦਾ, ਗੁੱਸਾ ਆਉਂਦਾ ਬਹੁਤ ਲੋਕਾਂ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ, ਗੱਲ ਗੱਲ 'ਤੇ ਗੁੱਸਾ ਆਉਂਦਾ, ਖਾਸ ਤੌਰ 'ਤੇ ਨਿਆਣਿਆਂ ਦੀ ਗੱਲ ਕਰੀਏ, ਨਿਆਣਿਆਂ ਨੂੰ ਗੱਲ ਗੱਲ 'ਤੇ ਗੁੱਸਾ ਆਉਂਦਾ, ਨਿਆਣਿਆਂ ਨੂੰ ਮਤਲਬ ਇਉਂ ਲੱਗਦਾ ਕਈ ਨਿਆਣੇ ਤਾਂ ਜਿਵੇਂ ਬਹਾਨਾ ਲੱਭਦੇ ਹੁੰਦੇ ਗੁੱਸਾ ਕਰਨ ਦਾ, ਫਿਰ ਕੀ ਕਰਦੇ ਜੀ ਉਸ ਸਾਡੇ ਪਿੰਡਾਂ ਦੇ ਵਿੱਚ, ਸ਼ਾਇਦ ਟੈਕਨੀਕਲੀ ਵੀ ਕੋਈ ਇਹਦਾ ਹੱਲ ਹੈਗਾ, ਇਹਨੂੰ ਕਹਿੰਦੇ ਵੀ ਟੈਕਨੀਕਲੀ ਕਹਿ ਲਓ ਜਾਂ ਸਾਇੰਸ ਦੇ ਹਿਸਾਬ ਨਾਲ ਕਹਿ ਲਓ ਵੀ ਚਾਂਦੀ ਦਾ ਕੜਾ ਪਵਾ ਦਿਉ ਤਾਂ ਫਿਰ ਕਹਿੰਦੇ ਗੁੱਸਾ ਘੱਟ ਆਉਂਦਾ ਬੰਦੇ ਨੂੰ। ਪਰ ਗੁੱਸਾ ਜਿਹੜਾ ਬੰਦੇ ਨੂੰ ਆਉਂਦਾ ਹੈਗਾ ਇਹ 'ਚ ਕੋਈ ਸ਼ੱਕ ਨਹੀਂ, ਜੇ ਨਹੀਂ ਆਉਂਦਾ ਤਾਂ ਸਾਹਮਣੇ ਵਾਲਾ ਦਵਾ ਦਿੰਦਾ। ਇਹ ਗੁੱਸਾ ਆਉਂਦਾ ਕਿਉਂ ਅਤੇ ਇਹਦਾ ਕੰਟਰੋਲ ਕੀ ਹੈ? ਗੁੱਸੇ ਗੁੱਸੇ ਦੇ ਵਿੱਚ ਗੱਲ ਦੀ ਮਤਲਬ ਗਾਲ ਬਣ ਜਾਂਦੀ, ਗੱਲ ਵੱਧ ਜਾਂਦੀ, ਇੰਨੀ ਨਿਕਲ ਜਾਂਦੀ ਮਾੜਾ ਜਿਹਾ ਗੁੱਸਾ ਕਰਨ ਨਾਲ, ਗੱਲ ਕਈ ਵਾਰੀ ਇੰਨੀ ਵੱਧ ਜਾਂਦੀ ਮੁੜ ਕੇ ਸੂਤ ਨਹੀਂ ਆਉਂਦੀ, ਅਤੇ ਬੰਦਾ ਗੁੱਸਾ ਮਤਲਬ ਗੁੱਸਾ ਸਿਆਣਾ ਜਿਹੜਾ ਕਹਿੰਦੇ ਨਾ ਗੁੱਸਾ ਸਿਆਣਾ, ਉਹ ਤਕਰੀਬਨ ਇਹੀ ਹੈ ਵੀ ਜਦੋਂ ਕੋਈ ਅਗਲੇ ਤਕੜਾ ਤਕੜਾ ਬੰਦਾ ਦੇਖਦਾ ਤਾਂ ਉਦੋਂ ਗੁੱਸਾ ਫਿਰ ਸਿਆਣਾ ਬਣ ਜਾਂਦਾ। ਇੱਕ ਕੋਈ ਭਲਵਾਨ ਸੀ, ਭਲਵਾਨ ਆਂਢੀ ਗੁਆਂਢੀ ਨਾਲ ਇੱਕ ਕੋਈ ਬੰਦਾ ਗਰੀਬ ਰਹਿੰਦਾ ਸੀ, ਮੇਰੇ ਵਰਗਾ ਮੂਹਰੇ ਭਲਵਾਨ ਰਹਿੰਦਾ ਸੀ, ਉਹ ਭਲਵਾਨ ਜਿਹੜਾ ਉਹ ਦੂਜੇ ਬੰਦੇ ਦੇ ਘਰ ਅੱਗੇ ਗੱਡੀ ਖੜਾ ਦਿਆ ਕਰੇ, ਕਰ ਕੁਛ ਨਾ ਸਕੇ, ਗੁੱਸਾ ਉਹਨੂੰ ਬਹੁਤ ਆਵੇ ਵੀ ਗੁੱਸਾ ਬੜਾ ਕਰਾਂ ਕੀ ਗੱਡੀ ਖੜਾਉਣ ਦਾ। ਇੱਕ ਦਿਨ ਉਹਨੇ ਕੀ ਕੀਤਾ, ਇੰਨਾ ਗੁੱਸਾ ਆਇਆ ਗੱਡੀ ਖੜਾ ਕੇ ਗਿਆ, ਰਾਤ ਨੂੰ ਚੱਕਿਆ ਸੂਆ ਬਰਫ਼ ਭੰਨਣ ਵਾਲਾ, ਸੂਆ ਚੱਕ ਕੇ ਜਿਉਂ ਲੱਗਾ ਟਾਇਰ ਦੇ ਵਿੱਚ ਮਾਰਨ, ਅੰਦਰੋਂ ਭਲਵਾਨ ਨਿਕਲਿਆ। ਉਹ ਸਾਰਾ ਗੁੱਸਾ ਜਿਹੜਾ ਗੁੱਸਾ ਉਦੋਂ ਸਿਆਣਾ ਬਣ ਗਿਆ, ਫਟਾਫਟ ਗੁੱਸਾ ਸਿਆਣਾ ਬਣ ਗਿਆ, ਸਿਆਣਾ ਬਣ ਗਿਆ। ਅਤੇ ਉਹ ਕਹਿੰਦਾ ਕੀ ਕਰਦਾ, ਉਹਨੇ ਨੇ ਮੈਂ ਚੈੱਕ ਕਰਦਾ ਸੀ ਵੀ ਟਾਇਰਾਂ ਦੀ ਗੁੱਡੀ ਚੰਗੀ ਪਈ ਹਜੇ, ਐਂ ਮਾਰ ਕੇ ਸੂਆ ਜਾਂ ਪੁੱਠੇ ਪਾਸੇ, ਉਹ ਕਹਿੰਦਾ ਵਧੀਆ ਪਈ ਗੁੱਡੀ ਹਜੇ। ਸੋ ਗੁੱਸਾ ਸਿਆਣਾ ਵੀ ਹੋ ਜਾਂਦਾ ਜੇ ਗੁੱਸੇ ਦੀ ਗੱਲ ਕਰੀਏ। ਅਤੇ ਜਦੋਂ ਨਿੱਕੇ ਹੁੰਦੇ ਪਿੰਡਾਂ ਦੇ ਵਿੱਚ ਸਾਨੂੰ ਗੁੱਸਾ ਆਉਂਦਾ ਸੀ ਅਤੇ ਇੱਕ ਦੂਜੇ ਇੱਕ ਦੇ ਘਰ ਦੇ ਮੂਹਰੇ, ਆਪਣੇ ਘਰ ਦੇ ਮੂਹਰੇ ਖੜਾ ਜਵਾ ਕੇ, ਇੱਕ ਦੂਆ ਦੂਏ ਦੇ ਘਰ ਦੇ ਮੂਹਰੇ ਖੜਾ, ਸਕੂਲੋਂ ਆਏ ਨੇ ਬੱਸ 'ਤੇ ਗਲਾਂ 'ਚ ਪਾਏ ਹੋਏ ਝੋਲੇ, ਫੱਟੀ ਹੱਥ ਦੇ ਵਿੱਚ ਆ, ਅਤੇ ਉਦੋਂ ਗੁੱਸਾ
ਉਹ ਇੰਨਾ ਗੁੱਸਾ ਦੇਖ ਲੂੰਗਾ ਤੈਨੂੰ, ਕਿਉਂ ਉਹ ਬਣਿਆ ਫਿਰਦਾ ਵੱਡਾ, ਉਹ ਇੰਨਾ ਗੁੱਸਾ ਹੁੰਦਾ ਸੀ ਉਦੋਂ ਹੀ ਐਂ ਚੱਲ ਜਾਂਦਾ ਸੀਗਾ। ਅਤੇ ਇਹ ਆਮ ਪਿੰਡਾਂ ਦੇ ਵਿੱਚ ਲੜਾਈ ਜਦੋਂ ਹੁੰਦੀ ਆ ਉਦੋਂ ਵੀ ਇਹ ਚੀਜ਼ ਦੇਖਣ ਦੇ ਸਾਹਮਣੇ ਆਉਂਦੀ ਆ ਵੀ ਗੁੱਸਾ ਜਿਹੜਾ ਉਦੋਂ ਜਿਹੜਾ ਤਕੜਾ ਬੰਦਾ ਵਾ ਅਤੇ ਮਾੜੇ ਬੰਦੇ ਨੂੰ ਗੁੱਸਾ ਆਇਆ ਬਹੁਤ ਹੁੰਦਾ, ਪਰ ਉਹ ਫਿਰ ਦਿਲ ਦੇ ਵਿੱਚ ਹੀ ਗੁਬਗਲਾਟ ਕੱਢ ਕੇ ਅਤੇ ਉਹਨੂੰ ਪੂਰਾ ਕਰ ਲੈਂਦਾ। ਸੋ ਅੱਜ ਗੁੱਸੇ ਦੀ ਗੱਲ ਕਰਨੀ ਹੈ। ਗੁੱਸਾ ਅਕਸਰ ਦੇਖਿਆ ਬਹੁਤ ਬੰਦਿਆਂ ਨੂੰ, ਲੀਡਰਾਂ ਨੂੰ ਵੀ, ਸਾਡਿਆਂ ਨੂੰ ਗੁੱਸਾ ਆਉਂਦਾ ਜਦੋਂ ਗਾਲ ਉਹ ਵੀ ਕੱਢ ਜਾਂਦੇ, ਐਸੀ ਗੱਲ ਨਹੀਂ ਹੈਗੀ। ਸਾਡੇ ਕਈ ਸਿਆਣੇ ਬਿਆਣੇ ਬੰਦੇ ਜਿਹੜੇ ਹੈਗੇ ਨੇ ਪਬਲਿਕਲੀ ਗਾਲ ਉਹ ਵੀ ਕੱਢ ਜਾਂਦੇ ਨੇ। ਫਿਰ ਗੁੱਸੇ ਦੇ ਵਿੱਚ ਇੱਕ ਚੀਜ਼ ਹੋਰ ਜਿਹੜੀ ਐਡ ਹੁੰਦੀ ਹੈ, ਇੱਕ ਮੈਨੂੰ ਹੋਰ ਗੱਲ ਚੇਤੇ ਆ ਗਈ, ਗੁੱਸੇ ਦੇ ਵਿੱਚ ਕਈ ਵਾਰ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਕੰਮਕਾਰ ਦਾ ਵੀ, ਸਫ਼ ਕੰਮਕਾਰ ਵੀ ਸਾਰਾ ਸਫ਼ਰ ਕਰਦਾ, ਤੁਹਾਡੀ ਕ੍ਰੀਏਟੀਵਿਟੀ ਜਿਹੜੀ ਉਹ ਖਤਮ ਹੋ ਜਾਂਦੀ ਹੈ, ਕੰਮਕਾਰ ਵੱਲੋਂ ਧਿਆਨ ਜਿਹੜਾ ਉਹ ਉੱਡ ਜਾਂਦਾ। ਉਹ ਕਿਵੇਂ ਉੱਡਦਾ? ਇੱਕ ਬੱਚੇ ਨੇ ਸਕੂਲ ਜਾਣਾ ਸੀਗਾ, ਪਰਿਵਾਰ ਬੈਠਾ ਸੀ ਡਾਇਨਿੰਗ ਟੇਬਲ 'ਤੇ, ਉਹ ਵਾਈਫ ਜਿਹੜੀ ਬੱਚੇ ਨੂੰ ਤਿਆਰ ਕਰ ਰਹੀ ਸੀ ਅਤੇ ਬੰਦਾ ਬੈਠਾ ਆਪਣਾ ਅਖਬਾਰ ਪੜ੍ਹ ਰਿਹਾ ਸੀ, ਚਾਹ ਦਾ ਕੱਪ ਮੂਹਰੇ ਰੱਖਿਆ ਡਾਇਨਿੰਗ ਟੇਬਲ 'ਤੇ, ਅਤੇ ਉਹ ਕਿਤੇ ਬੱਚੇ ਦਾ ਹੱਥ ਵੱਜਿਆ ਅਤੇ ਉਹ ਚਾਹ ਜਿਹੜੀ ਉਹਦੇ ਡੁੱਲ ਗਈ ਕੱਪੜਿਆਂ 'ਤੇ, ਉਹਨੂੰ ਗੁੱਸਾ ਆਇਆ, ਗੁੱਸਾ ਗੁੱਸੇ ਦਾ ਲਫ਼ਜ਼ ਫਿਰ, ਗੁੱਸਾ ਆਇਆ, ਉਹਨੇ ਬੱਚੇ 'ਤੇ ਥੱਪੜ ਮਾਰਤਾ, ਥੱਪੜ ਮਾਰਦਾ ਬੱਚਾ ਰੋਣ ਲੱਗ ਪਿਆ। ਤਿਆਰ ਕਰਦੇ ਕਰਾਉਂਦੇ ਬੱਚਾ ਮੁੜ ਕੇ ਤਿਆਰ ਨਾ ਹੋਵੇ, ਵਾਈਫ ਨੇ ਬਥੇਰਾ, ਵਾਈਫ ਨੇ ਬਥੇਰਾ ਚਾਲ ਗਾਲਾਂ ਤਾਂ ਉਹਨੂੰ ਕੱਢੀਆਂ, ਤੁਹਾਨੂੰ ਅਕਲ ਨਹੀਂ ਹੈਗੀ, ਉਹਨੂੰ ਸਕੂਲੇ ਜਾਣਾ ਸੀ, ਅੱਜ ਉਹਦਾ ਉੱਪਰ ਪੇਪਰ ਆ, ਤੁਸੀਂ ਉਹਨੂੰ ਐਂ ਕਰਕੇ ਟੈਕ ਨਹੀਂ ਹੁੰਦਾ ਸੀ, ਇੱਕ ਮਿੰਟ ਕੀ ਹੋ ਗਿਆ, ਚਾਹ ਡੁੱਲ ਗਈ ਸੀ, ਅਤੇ ਕਿਹੜਾ ਤੁਸੀਂ ਹੁਣ ਉੱਥੇ ਮੁਕਲਾਵਾ ਲੈਣ ਜਾਣਾ ਸੀ, ਇਹੋ ਜਿਹੀਆਂ ਦੋ ਚਾਰ ਗੱਲਾਂ ਕਹੀਆਂ ਅਤੇ ਚਲੋ ਉਹ ਵਿਚਾਰਾ ਚੁੱਪ ਕਰਕੇ ਬੈਠਾ ਰਿਹਾ, ਨਿਆਣਾ ਤਿਆਰ ਨਹੀਂ ਹੋਇਆ, ਜਦੋਂ ਟਾਈਮ ਸਿਰ ਤਿਆਰ ਨਹੀਂ ਹੋਇਆ, ਸਕੂਲ ਦੀ ਬੱਸ ਲੰਘ ਗਈ, ਬੱਸ ਲੰਘ ਗਈ, ਸਕੂਟਰ 'ਤੇ ਛੱਡਣ ਗਿਆ ਅਤੇ ਸਕੂਟਰ 'ਤੇ ਉਹ ਰਾਹ ਦੇ ਵਿੱਚ ਸਕੂਟਰ ਪੈਂਚਰ ਹੋ ਗਿਆ, ਸਕੂਟਰ ਪੈਂਚਰ ਹੋ ਗਿਆ, ਜਦੋਂ ਸਕੂਲੇ ਬੱਚਾ ਛੱਡਿਆ, ਉਹ ਪਹਿਲਾਂ ਹੀ ਦੁਖੀ ਸੀ, ਬੱਚੇ ਨੇ ਪਿੱਛੇ ਮੁੜ ਕੇ ਵੀ ਨਹੀਂ ਦੇਖਿਆ ਵੀ ਅੱਗੇ ਘਰੇ ਬੱਸ 'ਤੇ ਚੜ੍ਹਨ ਲੱਗਾ, ਬਾਏ ਬਾਏ ਪਾਪਾ, ਫਲਾਇੰਗ ਕਿਸ ਕਰਦਾ ਸੀ, ਅੱਜ ਉਹ ਵੀ ਨਹੀਂ ਕੀਤੀ, ਅਤੇ ਉਹ ਬੰਦਾ ਹੋਰ ਦੁਖੀ ਹੋ ਗਿਆ। ਵਾਪਸ ਆਉਂਦੇ ਹੋਏ ਬਸ ਇੱਦਾਂ ਬੁਰਾ ਹਾਲ ਕਰਦੇ ਕਰਾਉਂਦੇ, ਦਫ਼ਤਰ ਪਹੁੰਚਿਆ, ਦਫ਼ਤਰੋਂ ਫਿਰ ਬੌਸ ਦੀਆਂ ਝਟਕਾਂ ਉਹਨੂੰ ਬਹੁਤ ਸਾਰੀਆਂ ਪਈਆਂ। ਮੁੱਕਦੀ ਗੱਲ ਹੈ ਜੇ ਉਦੋਂ ਕੀ ਬੰਦਾ ਉਨੀ ਗੱਲ ਸਾਂਭ ਜਾਂਦਾ, ਬੱਚੇ ਨੇ ਗਲਤੀ ਕੀਤੀ ਸੀ, ਗਲਤੀ ਵੱਡਿਆਂ ਵੱਡਿਆਂ ਤੋਂ ਹੋ ਜਾਂਦੀ ਹੈ, ਕਹਿੰਦੇ ਵੀ ਗਲਤੀ ਬੰਦਾ ਗਲਤੀਆਂ ਦਾ ਪੁਤਲਾ ਕਾ ਦਾ ਬੋਰਾ ਹੀ ਆ ਅੱਜ ਗਲਤ ਨੂੰ। ਬਾਕੀ ਬੋਲਣ ਦੀ ਗਲਤੀ ਜਿਹੜੀ ਹੈ, ਬੋਲਣ ਦੀ ਗਲਤੀ ਹਰ ਬੰਦੇ ਤੋਂ ਹੋ ਜਾਂਦੀ ਹੈ, ਸਾਡੇ ਤੋਂ ਵੀ ਇੱਥੇ ਪ੍ਰੋਗਰਾਮ ਕਰਦੇ ਕਰਾਉਂਦੇ ਕਿਤੇ ਨਾ ਕਿਤੇ ਕੋਈ ਗਲਤ ਸ਼ਬਦ ਨਿਕਲ ਸਕਦਾ, ਪਰ ਉਸ ਦੁਬਾਰਾ ਪ੍ਰੋਗਰਾਮ ਲਾਈਵ ਚੱਲਦਾ ਹੁੰਦਾ, ਜ਼ੁਬਾਨ ਦੇ ਵਿੱਚ ਨਹੀਂ ਪੈਂਦਾ, ਸਿਰਫ ਉਹਦਾ ਹੱਲ ਇਹੀ ਹੈ ਕਿ ਅਸੀਂ ਆਪਣੀ ਗਲਤੀ ਮੰਨ ਕੇ ਅਤੇ ਉਹਨੂੰ ਰੀਅਲਾਈਜ਼ ਕਰ ਲਈਏ। ਹੁਣ ਗੱਲ ਫੇਰ ਸਾਡੇ ਜਿਨ੍ਹਾਂ ਨੂੰ ਅਸੀਂ ਕਈ ਲੋਕ ਬਾਬਾ ਬੋਹੜ ਕਹਿੰਦੇ ਹੈ, ਗੁਰਦਾਸ ਮਾਨ ਦੀ ਫਿਰ ਘੁੰਮ ਫਿਰ ਕੇ ਆ ਜਾਂਦੀ ਹੈ। ਗੁਰਦਾਸ ਮਾਨ ਦੇ ਬਹੁਤ ਸਾਰੇ ਲੋਕ ਹੱਕ 'ਚ ਨਿਤਰੇ ਨੇ, ਕੇ ਐੱਸ ਮੱਖਣ ਨੇ ਕਿਹਾ ਮੈਂ ਤਾਂ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਦਾ ਉੱਥੇ ਹੁੰਦਾ, ਤਾਂ ਮਤਲਬ ਹੋਰ ਉਸਨੂੰ ਭੜਕਾ ਭੜਕਾ ਕੇ ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਜਿਹੜੇ ਗੁਰਦਾਸ ਮਾਨ ਦੇ 40 ਸਾਲ ਨਿੰਦਦੇ ਨੇ ਉਹਨੂੰ, ਗੁਰਦਾਸ ਮਾਨ ਨੂੰ ਮਾੜਾ ਕਹਿੰਦੇ ਨੇ ਵੀ ਇਹਨੇ ਗਲਤ ਕੀਤਾ, ਉਹ 40 ਸਾਲ ਦੀ ਉਹਦੀ ਸੇਵਾ ਦੇਖਣ, ਇਹ ਦੇਖਣ, ਉਹ ਅਸਲ ਗੱਲ 'ਤੇ ਕੋਈ ਵੀ ਆਉਂਦਾ ਹੀ ਨਹੀਂ। ਗੱਲ ਇੰਨੀ ਕੁ ਸੀਗੀ, ਬਾਕੀ ਜਿਹੜੀ ਉਹਨਾਂ ਨੇ ਪੰਜਾਬੀ ਭਾਸ਼ਾ ਬਾਰੇ ਬੋਲੀ, ਕੀ ਬੋਲਿਆ, ਇੱਕ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ, ਉਹ ਤਾਂ ਗੱਲ ਹੈ ਹੀ ਨਹੀਂ ਕਿਤੇ, ਲੋਕ ਉਹਨੂੰ ਵੀ ਚੱਕੀ ਜਾਂਦੇ। ਗੱਲ ਇੰਨੀ ਕੁ ਸੀ ਕਿ ਸਟੇਜ 'ਤੇ ਉਹਨਾਂ ਦੇ ਮੂੰਹ ਦੇ ਵਿੱਚੋਂ ਗਲਤ ਲਫ਼ਜ਼ ਨਿਕਲਿਆ, ਗੁੱਸੇ ਦੇ ਵਿੱਚ ਗਲਤ ਲਫ਼ਜ਼ ਨਿਕਲਿਆ, ਉਹਨੂੰ ਕਵਰ ਕਰਨ ਵਾਸਤੇ ਸਿੰਪਲ ਦੋ ਸ਼ਬਦ ਬਣਦੇ ਸੀਗੇ ਜਿਹੜੇ ਉਹਨਾਂ ਨੇ ਨਹੀਂ ਕਿਤੇ, ਗੱਲ ਵੱਧ ਗਈ ਅਤੇ ਉਦੋਂ ਬਾਅਦ ਗੁੱਸਾ ਕਈਆਂ ਨੂੰ ਆਇਆ, ਕਈਆਂ ਨੂੰ ਗੁਰਦਾਸ ਮਾਨ 'ਤੇ ਆਇਆ, ਕਈਆਂ ਨੂੰ ਉਹਨਾਂ 'ਤੇ ਗੁੱਸਾ ਆਇਆ ਜਿਹੜੇ ਗੁਰਦਾਸ ਮਾਨ 'ਤੇ ਗੁੱਸਾ ਕਰਦੇ ਸੀ, ਫਿਰ ਕੇਐਸ ਮੱਖਣ ਸਾਹਿਬ ਨੂੰ ਐਸਾ ਗੁੱਸਾ ਆਇਆ, ਉਸ ਗੁੱਸੇ ਨੇ ਸਾਰੀਆਂ ਹੱਦਾਂ ਬੰਨੇ ਟੱਪਤੇ, ਉਸ ਗੁੱਸੇ ਨੇ ਬਾਅਦ ਦੇ ਵਿੱਚ ਉਹਨੇ ਮਾਫ਼ੀ ਮੰਗ ਲਈ। ਦੱਸੋ ਇਹ ਕਿੱਧਰ ਦਾ ਤਰੀਕਾ, ਕਿੱਡਾ ਵੱਡਾ ਗਲਤ ਕੰਮ! ਅਗਰ ਅਸੀਂ ਧਰਮ ਦੀ ਗੱਲ ਕਰੀਏ, ਧਰਮ ਸਾਡੇ ਸਭ ਤੋਂ ਉੱਚਾ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਬਖਸ਼ੇ ਹੋਏ 5 ਕਕਾਰ ਨੇ, ਆਪਾਂ ਇੱਧਰਲੇ ਪਾਸੇ ਜਾਣਾ ਨਹੀਂ, ਗੱਲ 'ਚੋਂ ਗੱਲ ਚੱਲੀ, 5 ਕਕਾਰ ਨੇ ਜਿਹੜੇ ਕਿਸੇ ਤਰੀਕੇ ਦੇ ਨਾਲ ਅਪਣਾਏ ਜਾਂਦੇ ਨੇ, ਕੋਈ ਬਕਾਇਦਾ ਉਹਦਾ ਪ੍ਰੋਸੀਜਰ ਹੈ, ਔਰ ਇਹ ਵੀ ਨਹੀਂ ਕਿ ਜਣਾ ਖਾਣਾ ਇਹ ਕਰ ਲਓ ਅਤੇ ਬਾਅਦ ਦੇ ਵਿੱਚ ਉਹਨੂੰ ਫਿਰ ਸਿਰਾਂ ਦੇ ਨਾਲ ਨਿਭਾਉਂਦੇ ਨੇ ਸਾਡੇ ਸਿੰਘ ਜਿਹੜੇ ਹੈਗੇ ਨੇ। ਇਹ ਕੋਈ ਕੀ ਲੌਜਿਕ ਹੋਇਆ ਜੀ, ਮੈਨੂੰ ਗੁੱਸਾ ਆ ਗਿਆ ਤਾਂ ਮੈਂ ਲਾ ਤੇ? ਸੋ ਗੱਲ ਗੁੱਸੇ ਦੀ ਕਰਨੀ ਅਸੀਂ ਕਿਸੇ ਪਾਸੇ, ਚਲੋ ਹੋਰ ਪਾਸੇ ਨਹੀਂ ਲਿਆਉਣੀ, ਵੀ ਗੁੱਸੇ ਨੂੰ ਕੰਟਰੋਲ ਕਿਵੇਂ ਕੀਤਾ ਜਾ ਸਕਦਾ। ਗੁੱਸੇ ਦੇ ਵਿੱਚ ਜਦੋਂ ਬੰਦਾ ਆਉਂਦਾ ਤਾਂ ਸਭ ਤੋਂ ਪਹਿਲਾਂ ਮੂੰਹ ਦੇ ਵਿੱਚੋਂ ਗਾਲ ਹੀ ਕਿਉਂ ਨਿਕਲਦੀ, ਚਾਹੇ ਸਗਾ ਭਰਾ ਕਿਉਂ ਨਾ ਹੋਵੇ ਮੂਹਰੇ, ਗੁੱਸਾ ਹਰ ਬੰਦੇ ਨੂੰ ਆ ਜਾਂਦਾ। ਕੱਲ੍ਹ ਮੈਨੂੰ ਆ ਗਿਆ, ਉੱਥੇ ਇੱਕ ਹੋਸਪਿਟਲ ਗਏ ਸੀਗੇ, ਉਹਨੇ ਨੰਬਰ ਮਿਸ ਕਰਤਾ, ਟੋਕਨ ਨੰਬਰ, ਅਤੇ ਮੁੜ ਕੇ ਮੰਨੇ ਨਾ, ਤਾਂ ਮੈਨੂੰ ਉੱਥੇ ਗੁੱਸਾ ਆ ਗਿਆ। ਪਰ ਮੈਂ ਵੀ ਬਾਅਦ ਸੋਚਿਆ ਵੀ ਕੀ ਹੁਣ ਉਹਨੂੰ ਮਿਸ ਹੋ ਗਿਆ ਯਾਰ, ਹੋ ਗਿਆ ਕਿੱਡੀ ਗੱਲ, ਹੋਰ ਘੰਟਾ ਹੋਰ ਲੱਗ ਜਾਊ। ਮੁੱਕਦੀ ਗੱਲ ਇਹ ਹੈ ਕਿ ਉਦੋਂ ਇੱਕਦਮ ਨਹੀਂ ਸੋਚਦਾ ਕੁਛ,
ਜੇ ਇੱਕਦਮ ਨਹੀਂ ਸੋਚਦਾ ਤਾਂ ਬਾਅਦ ਦੇ ਵਿੱਚ ਉਸ ਚੀਜ਼ ਨੂੰ ਰੀਅਲਾਈਜ਼ ਕਰਨਾ ਜਿਹੜਾ ਉਹਦੇ ਨਾਲ ਸਾਰਾ ਕੁਝ ਸਹੀ ਹੋ ਜਾਂਦਾ। ਸੋ ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਾਂ ਲਵਾਂਗੇ। ਗੱਲਬਾਤ ਜਿਹੜੀ ਅੱਜ ਚੱਲਦੀ ਆ ਉਹ ਗੁੱਸੇ ਬਾਰੇ। ਗੁੱਸੇ ਦੀ ਗੱਲ ਅਸੀਂ ਪਹਿਲਾਂ ਵੀ ਕਈ ਵਾਰ ਕੀਤੀ ਹੋ ਸਕਦੀ, ਪਰ ਗੁੱਸਾ ਜੇ ਕਈ ਵਾਰ ਆ ਸਕਦਾ ਤਾਂ ਅਸੀਂ ਪ੍ਰੋਗਰਾਮ ਵੀ ਕਈ ਵਾਰ ਕਰ ਹੀ ਸਕਦੇ ਗੁੱਸੇ 'ਤੇ। ਹਾਂਜੀ ਕਿ ਨਹੀਂ ਜੀ, ਠੀਕ ਹੈ ਜੀ। ਅਤੇ ਬ੍ਰੇਕ ਤੋਂ ਬਾਅਦ ਕਰਦੇ ਗੱਲਬਾਤ, ਦੇਖਦੇ ਰਹੋ ਜਸ ਪੰਜਾਬੀ। ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਅਤੇ ਗੱਲ ਅੱਜ ਚੱਲਦੀ ਹੈ ਗੁੱਸੇ ਬਾਰੇ। ਗੁੱਸੇ ਤੋਂ ਮੈਨੂੰ ਚੇਤਾ ਆ ਗਿਆ ਵੀ ਸਾਡੇ ਵੀ ਇੱਕ ਬੰਦਾ ਹੈਗਾ, ਉਹਨੂੰ ਵੀ ਗੁੱਸਾ ਮਤਲਬ ਬੜੀ ਛੇਤੀ ਆ ਜਾਂਦਾ। ਕਿਉਂ ਆ ਜਾਂਦਾ ਕੋਈ ਪਤਾ ਹੀ ਨਹੀਂ ਹੈਗਾ ਗੁੱਸਾ ਕਿਉਂ ਆਉਂਦਾ। ਔਰ ਗੁੱਸਾ ਫਿਰ ਸੂਤ ਕਰਨ ਦਾ ਤਰੀਕਾ ਜਿਹੜਾ ਉਹ ਗੁੱਸਾ ਨਹੀਂ ਹੈਗਾ। ਇੱਕ ਬੜੀ ਵਧੀਆ ਗੱਲ ਮੈਂ ਤੁਹਾਨੂੰ ਸੁਣਾਊਂਗਾ ਗੁੱਸੇ ਨੂੰ ਕਿਵੇਂ ਸੂਤ ਕੀਤਾ, ਬੱਚੇ ਦੇ ਗੁੱਸੇ ਨੂੰ ਖਾਸ ਤੌਰ 'ਤੇ, ਆਪਦੇ ਮੁੰਡੇ ਦੇ ਗੁੱਸੇ ਨੂੰ, ਉਹਦੇ ਪਿਓ ਨੇ ਕਿਵੇਂ ਸੂਤ ਕੀਤਾ। ਅਤੇ ਮੁੰਡਾ ਮੁੜ ਕੇ ਮਿੰਨਤਾਂ ਕਰਦਾ ਫਿਰ ਵੀ, ਨਾ ਹੀ ਡੈਡੀ ਨਹੀਂ ਮੈਂ ਇੱਦਾਂ ਨਹੀਂ ਕਰਨਾ। ਤੂੰ ਇੱਦਾਂ ਹੀ ਆਹ ਪੁਲਿਸ ਵਾਲੇ ਨੇ ਇੱਕ ਤਾਂ ਗੁੱਸਾ ਕੀਤਾ ਕਿਸੇ 'ਤੇ, ਗੱਡੀ ਕਿਤੇ ਲੀਡਰ ਦੀ ਸੀਗੀ, ਉਹ ਕਹਿੰਦਾ ਨਿਕਲ ਬਾਹਰ, ਤੇਰਾ ਚਲਾਣ ਹੋਊਗਾ, ਗੱਡੀ ਬੰਦ ਹੋਊਗੀ। ਉਹਨੇ ਚਾਬੀ ਫੜਾਤੀ, ਆ ਲਓ ਜੀ, ਕਹਿੰਦਾ ਤੁਸੀਂ ਆਪ ਘਰ ਛੱਡ ਕੇ ਆਉਂਗੇ, ਨਾਲ ਕਾਂਡ ਫੜਾਤਾ ਆਪਦਾ। ਮੁੜ ਕੇ ਪੁਲਿਸ ਵਾਲਾ ਮਿੰਨਤਾਂ ਕਰਦਾ ਫਿਰ, ਨਹੀਂ ਜੀ ਮੇਰੇ ਕੋਲ ਉੱਦਾਂ ਗੁੱਸਾ ਹੋ ਗਿਆ, ਗਲਤੀ ਨਾ ਹੋ ਗਈ, ਗਲਤੀ ਨਾ ਹੋ ਗਿਆ। ਚਲੋ ਦਵਿੰਦਰ ਹੋਠੀ ਸਾਹਿਬ ਫੋਨ ਲਾਈਨ 'ਤੇ ਮੌਜੂਦ ਨੇ, ਇਹਨਾਂ ਦੀ ਗੱਲਬਾਤ ਸੁਣਦੇ ਹਾਂ ਥੋੜ੍ਹੀ ਦੇਰ ਬਾਅਦ, ਉਸ ਤੋਂ ਬਾਅਦ ਫਿਰ ਤੁਹਾਡੀਆਂ ਕਾਲਾਂ ਲਵਾਂਗੇ। ਹੈਲੋ 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 ਦਵਿੰਦਰ ਜੀ, ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਸ਼ੋਅ ਦੇ ਵਿੱਚ। ਅਤੇ ਕਿੱਦਾਂ ਹਾਲ ਚਾਲ ਆ? ਬਹੁਤ ਵਧੀਆ ਭਾਅ ਜੀ, ਅਜੇ ਤੁਸੀਂ ਗੁੱਸਾ ਖਾ ਗਏ ਕਾਹਦੇ 'ਤੇ? ਮੈਂ ਤੁਹਾਡਾ ਫੋਨ ਹੋਲਡ ਕਰਤਾ ਸੀ, ਬ੍ਰੇਕ ਖਤਮ ਹੋ ਗਈ ਸੀ ਅਤੇ ਮੈਂ ਫਿਰ ਹੋਲਡ ਕਰਤਾ ਸੀ। ਮੈਂ ਕਿਹਾ ਪਤਾ ਨਹੀਂ ਹੁਣ ਕੀ ਕਹਿਣ ਲੱਗੇ, ਕਿਤੇ ਵੀ ਇੱਧਰ ਘਰ ਨਾ ਕੋਈ ਗੱਲਬਾਤ ਚੱਲਦੀ ਹੋਵੇ, ਇੱਧਰ ਸਿੱਧੀ ਲਾਈਵ ਟੈਲੀਕਾਸਟ ਹੋ ਜਾਏ, ਕੋਈ ਪਤਾ ਨਹੀਂ ਗੁੱਸੇ ਦੀ ਗੱਲ। ਮੈਂ ਤੁਹਾਨੂੰ ਇਹ ਦੱਸਣ ਲੱਗਾ ਜਿਹੜਾ ਪੈਨ ਧੋਖਾ ਦੇ ਗਿਆ ਵਿੱਚ ਲਿਖਦਾ। ਖੈਰ ਕੋਈ ਨਹੀਂ, ਚਲੋ ਪੈਨ 'ਤੇ ਤਾਂ ਕਾਹਦਾ ਗੁੱਸਾ। ਅੱਛਾ ਦਵਿੰਦਰ ਜੀ, ਗੱਲ ਤਾਂ ਖੈਰ ਹੁਣ ਸਮਝ ਨਹੀਂ ਆਉਂਦੀ ਇਹਨੂੰ ਗੱਲ, ਅਸੀਂ ਗੱਲ ਆਪਾਂ ਨਾਲ ਹੀ ਰੱਖਦੇ ਹਾਂ ਆਪਣੇ ਆਪ ਨਾਲ ਹੀ। ਅਸੀਂ ਕਿਸੇ 'ਤੇ, ਚਲੋ ਕਿਸੇ ਨੂੰ ਗੁੱਸਾ ਆਇਆ, ਉਹਨੇ ਕੀ ਕੀਤਾ, ਕਿਸੇ ਨੂੰ ਮਜੀਠੀਆ ਸਾਹਿਬ ਨੂੰ ਗੁੱਸਾ ਆਇਆ ਤਾਂ ਉਹਨੇ ਉੱਥੇ ਕੀ ਕੀਤਾ, ਠੀਕ ਹੈ ਜੀ। ਅਤੇ ਕਿਸੇ ਨੇ ਕੀ ਕੀਤਾ, ਗੁਰਦਾਸ ਮਾਨ ਸਾਹਿਬ ਨੇ ਗੁੱਸਾ ਆਇਆ ਤਾਂ ਉਹਨਾਂ ਨੇ ਕੀ ਕਿਹਾ, ਅਤੇ ਮੱਖਣ ਸਾਹਿਬ ਨੂੰ ਗੁੱਸਾ ਆਇਆ ਤਾਂ ਉਹਨੇ ਕੀ ਕੀਤਾ। ਆਪਾਂ ਤਾਂ ਇਹ ਦੱਸੋ ਵੀ ਤੁਹਾਨੂੰ ਗੁੱਸਾ ਆਉਂਦਾ, ਤੁਸੀਂ ਕੀ ਕਰਦੇ ਹੋ? ਦੇਖੋ ਗੁੱਸਾ ਤੇ ਸਾਰਿਆਂ ਨੂੰ ਆਉਂਦਾ, ਸਾਰਿਆਂ ਨੂੰ ਆਉਂਦਾ। ਤੇ ਬਾਕੀ ਏਦਾਂ ਗੁੱਸਾ ਜੇ ਆਪਾਂ ਕਹਿੰਦੇ, ਗੁੱਸਾ ਤੇ ਜਾਨਵਰਾਂ ਨੂੰ ਵੀ ਆਉਂਦਾ। ਨਹੀਂ ਜਾਨਵਰਾਂ ਨੂੰ ਆਉਂਦਾ, ਪੰਛੀਆਂ ਨੂੰ ਆਉਂਦਾ, ਪੰਛੀਆਂ ਨੂੰ ਆਉਂਦਾ। ਹਾਂਜੀ, ਲੜਦੇ ਆਪਾਂ ਆਮ ਦੇਖਿਆ, ਗੁੱਸਾ ਤੇ ਆਉਂਦਾ। ਤੇ ਇਹਦੇ ਵਿੱਚ ਇਹ ਹੁੰਦਾ ਵੀ ਗੁੱਸੇ ਨੂੰ ਤੁਸੀਂ ਕਿੱਥੇ ਕੁ ਤੱਕ ਕੰਟਰੋਲ ਕਰਨੇ ਆ, ਇਹ ਇੱਕ ਹੁੰਦਾ ਕਿ ਮੇਰੇ ਵਰਗੇ ਬੰਦੇ ਦੇ ਪਰਸਨਲ ਗੁੱਸੇ ਦੇ ਨਾਲ। ਹਾਂਜੀ ਦਵਿੰਦਰ ਜੀ, ਪੰਛੀ ਵੀ ਲੜਦੇ ਨੇ, ਗੁੱਸਾ ਉਹਨਾਂ ਨੂੰ ਆਉਂਦਾ, ਜਾਨਵਰਾਂ ਨੂੰ ਵੀ ਗੁੱਸਾ ਆਉਂਦਾ, ਉਹ ਵੀ ਲੜਦੇ ਨੇ, ਪਰ ਗਾਲ ਸਿਰਫ ਬੰਦਾ ਹੀ ਕੱਢਦਾ। ਗੁੱਸੇ 'ਚ ਗਾਲ ਨਹੀਂ ਕੱਢਦੇ ਉਹ ਤਾਂ ਦਿਲ 'ਚ ਕੱਢਦੇ। ਹੁਣ ਭਾਈ ਆਪਾਂ ਨੂੰ ਕਿਹੜਾ ਪਤਾ? ਹਾਂਜੀ ਤੁਸੀਂ, ਮੇਰਾ ਕਹਿਣ ਦਾ ਮਤਲਬ ਗਾਲ ਤੇ ਬੰਦਾ ਕੱਢਦਾ, ਕਿਉਂਕਿ ਆਪਾਂ ਨੂੰ ਸਮਝ ਪੈਂਦੀ ਆ, ਉਹ ਸਿੱਧਾ ਪਾਣ ਦਾ ਹੀ ਕੰਮ ਕਰਦੇ ਆ ਨਾ, ਮੂਹਰੇ ਫੜ ਕੇ ਫਟਾਫਟ ਦੰਦੀ ਵੜਨ ਦਾ। ਤੇ ਖੈਰ ਆਪਾਂ ਗੱਲ ਕਰਦੇ ਨਾ ਪਰਸਨਲ, ਤੁਸੀਂ ਗੱਲ ਕੀਤੀ ਨਾ ਵੀ ਗੁੱਸੇ ਦੀ, ਕਿਹਨੂੰ ਆਉਂਦਾ ਜਾਂ ਮੈਨੂੰ ਆਉਂਦਾ ਜਾਂ ਕਿਸੇ ਨੂੰ ਆਉਂਦਾ, ਉਹ ਕਿਸੇ ਦਾ ਕੀ ਨੁਕਸਾਨ ਕਰਦਾ ਗਾ, ਲੋਕਾਂ 'ਚ ਕਿੰਨਾ ਅਸਰ ਕਰਦਾ। ਜਿੱਡਾ ਵੱਡਾ ਬੰਦੇ ਦਾ ਰੁਤਬਾ ਹੁੰਦਾ, ਉਹਨਾਂ ਵੱਧ ਨੁਕਸਾਨ, ਓਨਾ ਹੀ ਵੱਧ ਨੁਕਸਾਨ ਹੁੰਦਾ ਜਦੋਂ ਕੋਈ ਜ਼ਿੰਮੇਵਾਰ ਬੰਦਾ ਗੁੱਸਾ ਕਰਦਾ ਜਾਂ ਕਿੰਨਿਆਂ ਲੋਕਾਂ ਦੇ ਵਿੱਚ ਗੁੱਸਾ ਕਰਦਾ। ਉਹ ਚੀਜ਼ਾਂ ਜਿਹੜੀਆਂ ਮੈਨੇ ਰੱਖਦੇ, ਮੈਂ ਥੋੜੇ ਦਿਨ ਪਹਿਲਾਂ ਇੱਕ ਬੜੀ ਫਨੀ ਜਿਹੀ ਵੀਡੀਓ ਦੇਖ ਰਿਹਾ ਸੀ, ਕੋਈ ਬੰਦਾ ਲਗਾ ਸੀ, ਦੱਸੋ ਮੈਨੂੰ ਨਾਂ ਭੁੱਲ ਗਿਆ ਉਹਦਾ। ਉਹ ਕਹਿੰਦਾ ਵੀ ਚੁਟਕਲੇ, ਤੁਸੀਂ ਵੀ ਸ਼ਾਇਦ ਦੇਖੀ ਹੋਊਗੀ, ਚੁਟਕਲੇ ਦੇ ਤਰੀਕੇ ਨਾਲ ਸੁਣਾ ਰਿਹਾ। ਕਹਿੰਦਾ ਵੀ ਇੱਕ ਨਾ ਬੰਦੇ ਨੇ ਆਪਣੇ ਕੰਮ ਤੇ ਕੋਈ ਗਲਤੀ ਕਰਤੀ, ਵੀਡੀਓ ਦੇਖਦੇ ਦੇਖਦੇ ਨੇ, ਟੈਲੀਫੋਨ ਕੋਈ ਦੇਖਣ ਲੱਗ ਪਿਆ, ਉਹਨੇ ਕੋਈ ਉੱਥੇ ਕੰਮ ਤੇ ਗਲਤੀ ਕਰ ਦਿੱਤੀ। ਅੱਛਾ, ਉਹ ਵੀਡੀਓ ਉਹਦੀ ਘਰ ਆਈ ਨੇ ਕਹਿੰਦੇ ਭੇਜੀ ਘਰੋਂ, ਉਹ ਬੰਦਾ ਵੀਡੀਓ ਦੇਖਣ ਲੱਗ ਪਿਆ, ਉਹਨੇ ਕੋਈ ਗਲਤੀ ਕਰਤੀ, ਤੇ ਬੌਸ ਨੂੰ ਦੇਖਿਆ ਵੀ ਇਹ ਬੜਾ ਨੁਕਸਾਨ ਕਰਤਾ, ਉਹਨੂੰ ਇੰਨਾ ਗੁੱਸਾ ਆਇਆ, ਇਹਨੂੰ ਝੜਕਾਂ ਝੁੜਕਾਂ ਮਾਰ ਕੇ ਸਾਰੇ ਸਟਾਫ ਦੇ ਸਾਹਮਣੇ ਉਹਨੂੰ ਦਫ਼ਤਰ ਚੋਂ ਘਰ ਨੂੰ ਭੇਜਤਾ, ਭੱਜਾ ਇੱਥੋਂ, ਤੇਰੀ ਨੀ ਲੋੜ ਮੈਨੂੰ, ਹਨਾ। ਉਹ ਘਰ ਆਇਆ ਤੇ ਘਰ ਆਈ ਪੁੱਛਦੀ ਕੀ ਹੋਇਆ, ਉਹਦੀ ਵੀਡੀਓ ਸੀਗੀ, ਉਹ ਮੁਰੇ ਉਹ ਭਰਿਆ ਪੀਤਿਆ ਉਹਨੇ, ਉਹਦੇ ਨੇ ਉਹਦੇ ਛੱਡ ਦਿੱਤੀ, ਤੇਰੀ ਕਹਿੰਦਾ ਵੀਡੀਓ ਦੇ ਕਰਕੇ ਸਾਰਾ ਪੁਆੜਾ ਪੈ ਗਿਆ, ਇੱਦਾਂ ਹੋ ਗਿਆ, ਹਨਾ। ਉਹ ਕਹਿੰਦੇ ਘਰ ਵਾਲੀ ਨੂੰ ਚੜਿਆ ਗੁੱਸਾ, ਉਹ ਕੀ ਕਰੇ, ਉਹਨੇ ਜਾ ਕੇ ਉਧਰ ਰਸੋਈ ਦੇ ਵਿੱਚ, ਉਹ ਮੁੰਡਾ ਕਹਿੰਦਾ, ਨਿਆਣਾ ਕਹਿੰਦਾ ਮੰਮੀ ਕੀ ਹੋਇਆ, ਮੈਂ ਉਹਨੇ ਆਪਣੇ ਨਿਆਣੇ ਦੇ ਛੱਡਤੀ ਵੱਟ ਕੇ ਮੁਰਿਓ। ਹੁਣ ਨਿਆਣਾ ਕੀ ਕਰੇ, ਨਿਆਣਾ ਚੋਂ ਚੋਂ ਕਰਦਾ, ਉਹਨੂੰ ਦੂਜਾ ਨਿਆਣਾ ਦੱਸਿਆ, ਉਹਨੂੰ ਦੂਜੇ ਨਿਆਣੇ ਦੇ ਛੱਡ, ਛੋਟੇ ਨਿਆਣੇ ਦੇ ਛੱਡਤੀ। ਹੁਣ ਉਹ ਜਿਹੜਾ ਨਿਆਣਾ ਬਹੁਤ ਛੋਟਾ ਸੀ, ਉਹਦਾ ਕੋਈ ਬਸ ਨੀ ਚੱਲਿਆ, ਉਹਨੇ ਦੇਖਿਆ ਵਿਹੜੇ 'ਚ ਕੁੱਤਾ ਬੈਠਾ ਸੀ, ਉਹਨੇ ਚੱਕਿਆ ਬੱਟਾ ਤੇ ਕਹਿੰਦੇ ਕੁੱਤੇ ਦੇ ਮਾਰਤਾ, ਠੀਕ ਆ, ਕੁੱਤੇ ਦੇ ਲੱਗਾ ਲੱਤ ਤੇ ਕੁੱਤਾ ਚੌਂ ਚੌਂ ਕਰਦਾ ਦੌੜਾ ਬਾਹਰ ਬਾਹਰ, ਉਹੀ ਮੈਨੇਜਰ ਤੁਰਿਆ ਆਵੇ ਮੁਰੇ, ਉਹਨੇ ਜਾਂਦਾ ਮੈਨੇਜਰ ਪਾਰਤਾ। ਚਲੋ ਇਹਦਾ ਮਤਲਬ ਦੁਨੀਆ ਗੋਲ ਹੈ, ਇਹ ਦੁਨੀਆ ਗੋਲ ਹੈ। ਤੇ ਗੁੱਸਾ ਘੁੰਮ ਘੁੰਮ ਆ ਗਿਆ ਤੇ ਫਿਰ ਹਾਸੇ ਮਜ਼ਾਕ ਦੇ ਵਿੱਚ। ਨਹੀਂ ਇਹਦੇ 'ਚ ਗੁੱਸੇ ਦਾ ਪਤਾ ਕੀ, ਕਈਆਂ ਦੀ ਫਿਤਰਤ ਜਾਂ ਕੁਦਰਤ ਵੱਲੋਂ ਕੁਛ ਐਸਾ ਹੁੰਦੇ ਕਣ ਪਏ ਵੀ ਉਹਨਾਂ ਨੂੰ ਗੁੱਸਾ ਵੈਸੇ ਹੀ ਬਹੁਤ ਆਉਂਦਾ।
ਸਾਡੇ ਸਾਡੇ ਅਸੀਂ ਨਾ ਨਿਊਯਾਰਕ ਆਉਂਦੇ ਹੁੰਦੇ ਸੀ ਟ੍ਰੇਨ 'ਤੇ ਦਫ਼ਤਰ ਦੇ ਉੱਪਰ ਰਾਤ ਨੂੰ, ਕਿਉਂਕਿ ਗੱਡੀਆਂ ਦੀ ਪਾਰਕਿੰਗ ਪੂਰਕਿੰਗ ਮਿਲਦੀ ਨਹੀਂ, ਟ੍ਰੇਨ 'ਤੇ ਬੱਸ 'ਤੇ ਆਈਦਾ ਸੀਗਾ। ਹਾਂਜੀ ਤੋ ਜਦੋਂ ਬੱਸ ਆਈ ਤਾਂ ਅਸੀਂ ਆਰਾਮ ਨਾਲ ਚੰਗਾ ਭਲਾ ਖੜ੍ਹੇ, ਸਾਡੇ ਨਾਲ ਮੁੰਡਾ ਖੜ੍ਹੇ ਜਿਮੀ ਸਾਹਿਬ, ਹਾਂਜੀ ਆਉਂਦਾ ਹੀ ਜਦੋਂ ਬੱਸ ਆਈ ਆਉਂਦਾ ਹੀ ਬੂੰ ਮੁੱਕਦਾ, ਓਹੋ ਅੱਜ ਫਿਰ ਹੀ ਆ ਗਿਆ ਦਾੜੀ ਵਾਲਾ ਡਰਾਈਵਰ। ਮੈਂ ਕਿਹਾ ਵੀ ਇਹ ਜਿਮੀ ਤੈਨੂੰ ਕੀ, ਭਾਜੀ ਮੈਂ ਕਿਹਾ ਵੀ ਤੈਨੂੰ ਕੀ ਕਿ ਤੈਨੂੰ ਕੀ ਕਹਿੰਦਾ ਹੈ, ਕਹਿੰਦਾ ਕੁਛ ਵੀ ਨਹੀਂ, ਮੈਂ ਗੁੱਸਾ ਆ ਜਾਂਦਾ ਕਹਿੰਦਾ। ਦੇਖ ਕੇ ਇਹ ਵੀ ਹੈਗਾ, ਜਿਮੀ ਹਾਂਜੀ ਭਾਜੀ ਫੜ ਲਈ, ਕਵਿਤਾ ਵਾਲੇ ਪਾਸ ਚਲੀਏ। ਠੀਕ ਆ, ਆਮ ਤੌਰ ਗੱਲ ਤੇ ਕਰਦੇ। ਆਮ ਤੌਰ ਹਾਂਜੀ ਤੇ ਤਕੜਾ ਬੰਦਾ ਮਾੜੇ ਤੇ ਗੁੱਸਾ ਕੱਢਦਾ ਹੈ, ਲੀਡਰ ਆਈਜੀ ਤੇ ਕੱਢਦੇ ਨੇ, ਆਈਜੀ ਐਸਐਸਪੀ ਤੇ, ਐਸਪੀ ਐਸਐਸਪੀ ਐਸਪੀ ਤੇ, ਐਸਪੀ ਡੀਐਸਪੀ ਤੇ, ਡੀਐਸਪੀ ਐਸਐਚਓ ਤੋਂ, ਐਸਐਚਓ ਏਐਸਆਈ ਤੇ, ਏਐਸਆਈ ਕੱਢਦਾ, ਹੌਲਦਾਰ ਤੇ ਹੌਲਦਾਰ ਗਾਂ ਹੋਮਗਾਰਡ ਵਾਲੇ ਤੇ ਗੁੱਸਾ ਕੱਢਦਾ ਪੰਜਾਬ ਦੇ ਵਿੱਚ, ਤੇ ਹੋਮਗਾਰਡ ਵਾਲੇ ਦਾ ਕਿਸੇ ਤੇ ਵਸ਼ ਨਹੀਂ ਚੱਲਦਾ, ਉਹ ਬਾਹਰ ਫਿਰ ਛੱਲੀਆਂ ਦੀ ਰੇਹੜੀ ਵਾਲੇ ਜਿਹੜਾ ਖੜਾ ਹੁੰਦਾ ਉੱਥੇ ਗੁੱਸਾ ਕੱਢਦਾ, ਚੱਲ ਭੱਜ ਇੱਥੋਂ ਚੱਲ ਭੱਜ ਕੀ ਕਰ ਗਿਆ ਥੱਲੇ ਖੜਿਆ ਕਰ। ਸੋ ਤਕੜਾ ਬੰਦਾ ਹਮੇਸ਼ਾ ਮਾੜੇ ਤੇ ਗੁੱਸਾ ਕੱਢਦਾ, ਮਾੜਾ ਬੰਦਾ ਤਕੜੇ ਤੇ ਗੁੱਸਾ ਕੱਢਦਾ ਨਹੀਂ ਦੇਖਿਆ ਕਦੇ। ਨਹੀਂ ਨਹੀਂ ਕਰਦਾ ਇਹ, ਮਤਲਬ ਗੁੱਸੇ ਦੀ ਗੱਲ ਤੇ ਆ ਭਾਈ, ਜਿਹਦਾ ਜਿੱਥੇ ਸੂਤ ਲੱਗਦਾ, ਜਿਹਦਾ ਜਿੱਥੇ ਹੱਥ ਅੜ ਜਾਂਦਾ ਉੱਥੇ ਉਹ ਕੱਢ ਲੈਂਦਾ ਗੁੱਸਾ ਨਾ। ਤੇ ਖੈਰ ਆਪਾਂ ਗੱਲ ਕਰਦੇ ਹਾਂ, ਕਹਿੰਦੇ ਵੀ ਗੁੱਸਾ ਕਹਿਣ, ਹਾਂਜੀ ਆਉਣ ਦੋ, ਚਲੋ ਚਲੋ ਨਹੀਂ ਇੱਕ ਮਿੰਟ, ਤੁਸੀਂ ਪਹਿਲਾਂ ਗੱਲ ਮੈਂ ਤੁਹਾਡੀ ਪੂਰੀ ਹੋਣ ਦੇਵਾਂ ਤਾਂ ਗੱਲ ਬਣਨੀ ਹੈ। ਹਾਂਜੀ ਦਵਿੰਦਰ ਜੀ, ਪਹਿਲਾਂ ਹੁਣ ਤੁਸੀਂ ਗੱਲ ਪੂਰੀ ਕਰੋ, ਮੈਨੂੰ ਤਾਂ ਵਿੱਚੋਂ ਊਂ ਹੀ ਆ ਜਾਂਦੀ ਕੋਈ ਨਾ ਕੋਈ ਜਿਵੇਂ ਗੁੱਸਾ ਆ ਜਾਂਦਾ ਨਾ ਗੱਲ। ਅੱਛਾ ਚਲੋ ਮੈਂ ਛੇਤੀ ਮੁਕਾ ਦੇਣਾ, ਕਹਿੰਦੇ ਨਹੀਂ ਛੇਤੀ ਗੁੱਸਾ ਕਹਿਣ, ਹਾਂ ਗੁੱਸਾ ਕਹਿਣ ਸਿਆਣੇ ਵੀ ਬਹੁਤ ਮਾੜਾ, ਵਿੱਚ ਗੁੱਸੇ ਦੇ ਬੰਦਾ ਹੈਵਾਨ ਬਣ ਜਾਏ। ਗੁੱਸਾ ਕਹਿਣ ਸਿਆਣੇ ਵੀ ਬਹੁਤ ਮਾੜਾ, ਵਿੱਚ ਗੁੱਸੇ ਦੇ ਬੰਦਾ ਹੈਵਾਨ ਬਣ ਜਾਏ, ਪਰਬਤਗਾਰ ਨੂੰ ਕਦੇ ਜੇ ਚੜੇ ਗੁੱਸਾ ਤਾਂ ਵਹਿੰਦੇ ਵਹਿੰਦਿਆਂ ਹਵਾ ਤੂਫਾਨ ਬਣ ਜਾਏ। ਖਾਤਰ ਕੌਮ ਦੀ ਜਦੋਂ ਕੋਈ ਕਰੇ ਗੁੱਸਾ, ਉਸੇ ਕੌਮ ਦੀ ਯੋਧਾ ਫਿਰ ਸ਼ਾਨ ਬਣ ਜਾਏ, ਤੇ ਵਿੱਚ ਗੁੱਸੇ ਦੇ ਪੇਪਰ ਦੀ ਜੇ ਕੋਈ ਬੱਟੇ ਬੱਤੀ ਤਾਂ ਮਰ ਜਾਣੇ ਤੋਂ ਬੰਦਾ ਫਿਰ ਮਾਣ ਬਣ ਜਾਏ। ਅੱਛਾ ਕਹਿੰਦੇ ਬਣ ਜਾਏ, ਤੇ ਕਹਿੰਦੇ ਵੀ ਵਿੱਚ ਗੁੱਸੇ ਦੇ ਬੰਦਾ ਜੋ ਬੋਲੇ ਹੋਠੀ, ਉਹੀ ਬੰਦੇ ਦੀ ਫਿਰ ਪਛਾਣ ਬਣ ਜਾਏ, ਉਹੀ ਬੰਦੇ ਦੀ ਫਿਰ ਪਛਾਣ ਬਣ ਜਾਏ। ਕਹਿੰਦਾ ਰੱਖ ਗੁੱਸੇ ਤੇ ਕੰਟਰੋਲ ਨਹੀਂ, ਗੁੱਸਾ ਚੰਗਾ ਨਹੀਂ, ਜੇ ਨਾ ਗੁੱਸੇ ਵਿੱਚ ਬੋਲੇ ਤਾਂ ਪੈਂਦਾ ਪੰਗਾ ਨਹੀਂ। ਰੱਖ ਗੁੱਸੇ ਤੇ ਕੰਟਰੋਲ ਨਹੀਂ, ਗੁੱਸਾ ਚੰਗਾ ਨਹੀਂ, ਜੇ ਨਾ ਗੁੱਸੇ ਵਿੱਚ ਬੋਲੇ ਤੇ ਪੈਂਦਾ ਪੰਗਾ ਨਹੀਂ, ਤੂੰ ਜਦ ਵੀ ਗੁੱਸਾ ਖਾਧਾ ਨਹੀਂ, ਤੂੰ ਫਸ ਗਈ ਵਿੱਚ ਫਸਾਦਾ ਨਹੀਂ, ਕਦੇ ਸਿੱਧੂ ਬਣ ਕੇ ਨਿਕਲੀ ਨਹੀਂ, ਪਏ ਕਾਂਗਰਸ ਨਾਲ ਕਿਕਲੀ ਨਹੀਂ, ਉੱਧਰ ਵੀ ਗੁੱਸਾ ਮਾਰ ਗਿਆ ਤੇਰੀ ਚੜੀ ਗੁੱਡੀ ਤਾਰ ਗਿਆ, ਕਦੇ ਬੈਂਸ ਤੇ ਸੀ ਵਿੱਚ ਕੁੜੇ, ਤੂੰ ਇਹ ਹੋ ਗਈ ਸੀ ਖਿੱਚ ਖਿੱਚ ਕੁੜੇ, ਇੱਥੇ ਤਕੜੇ ਦੀ ਫਦਾਈ ਚੱਲਦੀ ਆ, ਇੱਥੇ ਮਾਰਾ ਨਹੀਂ ਉਹ ਟਿੱਚ ਕੁੜੇ। ਕਹਿੰਦੇ ਘਰ ਵਾਲੇ ਨੂੰ ਜੇ ਆਏ ਗੁਫਾ, ਤੇ ਘਰ ਵਾਲੀ ਵੀ ਮੂਹਰੇ ਤੱਤੀ ਹੋਏ, ਚੁੱਲ੍ਹੇ ਤੇ ਸਬਜ਼ੀ ਬਣਜੀ ਬਣਦੀ ਹੋਏ, ਤੇ ਕੜਛੀ ਵੀ ਮੂਹਰੇ ਤੱਤੀ ਹੋਏ, 5 ਮਿੰਟ ਪਹਿਲਾਂ ਜੋ ਚੜੀ ਸੀ ਉਹ 5 ਮਿੰਟ ਵਿੱਚ ਲੱਥੀ ਹੋਏ, ਬਾਹਰ ਭਾਵੇਂ ਨਹੀਂ ਦੱਸ ਆਉਂਦਾ ਪਰ ਗਵਾਂਢੀਆਂ ਨੂੰ ਪੂਰਾ ਸ਼ੱਕ ਹੁੰਦਾ, ਸਭ ਗੁੱਸੇ ਦੇ ਹੀ ਕਾਰੇ ਨੀ, ਗੱਲ ਤੂੰ ਵੀ ਸੁਣ ਸਰਕਾਰੇ ਨੀ, ਤੂੰ ਆਪਣਾ ਗੁੱਸਾ ਲਾਉਣ ਲਈ ਕਿੰਨਿਆਂ ਦੇ ਡੰਡੇ ਮਾਰੇ ਨੀ, ਫੜ ਫੜ ਅੰਦਰ ਤਾੜੇ ਨੀ, ਕਈ ਫਾਂਸੀਆਂ ਉੱਤੇ ਚਾੜੇ ਨੀ, ਉੱਧਰ ਕੇ ਐਸ ਮੱਖਣ ਨੇ ਵੀ ਕਹਿੰਦੇ ਗੁੱਸੇ 'ਚ ਹੀ ਕਾਰ ਤਾਰੇ ਨੀ, ਮੈਨੂੰ ਸੁਣ ਕੇ ਆ ਗਿਆ ਹਾਸਾ ਨੀ, ਜਦੋਂ ਦੇਖਿਆ ਸਭ ਤਮਾਸ਼ਾ ਨੀ, ਇੱਥੇ ਕੀ ਕੀ ਲੋਕੀ ਕਰਦੇ ਆ, ਕਹਿੰਦੇ ਇੱਕ ਦੂਜੇ ਤੋਂ ਫੜਦੇ ਆ, ਕਦੀ ਗੁੱਸੇ ਦੇ ਵਿੱਚ ਅੜਦੇ ਆ, ਕਦੀ ਗੁੱਸੇ ਦੇ ਵਿੱਚ ਵਰਦੇ ਆ, ਕਦੇ ਇੰਨਾ ਗੁੱਸਾ ਵੱਧ ਜਾਂਦਾ ਫਿਰ ਗੁੱਸੇ ਦੇ ਵਿੱਚ ਮਰਦੇ ਆ, ਤੇ ਗੁੱਸੇ ਵਿੱਚ ਰੱਖਿਆ ਕੀ ਕੁੜੇ ਤੂੰ ਸਾਰਾ ਗੁੱਸਾ ਕੀ ਪੀ ਕੁੜੇ, ਫਿਰ ਦੇਖ ਸ਼ਾਂਤੀ ਕਿੰਜ ਆਉਂਦੀ, ਤੂੰ ਸੌਖੀ ਹੋ ਗਈ ਜੀ ਕੋਏ, ਕਿਉਂ ਨਾਲ ਕਿਸੇ ਦੇ ਲੜਨਾ ਨੀ, ਕਿਉਂ ਕਿਸੇ ਦੇ ਉੱਤੇ ਚੜ੍ਹਨਾ ਨੀ, ਇੱਥੇ ਸਭ ਨੂੰ ਦਾਤਾ ਦਿੰਦਾ ਹੈ, ਇੱਥੇ ਕੋਈ ਵੀ ਭੁੱਖਾ ਨੰਗਾ ਨਹੀਂ, ਰੱਖ ਗੁੱਸੇ ਤੇ ਕੰਟਰੋਲ ਤੇ ਗੁੱਸਾ ਚੰਗਾ ਨਹੀਂ, ਜੇ ਨਾ ਗੁੱਸੇ ਵਿੱਚ ਬੋਲੇ ਤਾਂ ਪੈਂਦਾ ਪੰਗਾ ਨਹੀਂ। ਵੈਸੇ ਇੱਕ ਗੱਲ ਹੈ, ਬੰਦਾ ਜਿਹੜਾ ਬਾਕੀ ਸਭ 'ਤੇ ਗੁੱਸਾ ਕੱਢ ਲੈਂਦਾ ਮੇਰੇ ਖਿਆਲ ਗਾਂ ਦਫ਼ਤਰ ਦੇ ਵਿੱਚ ਜਿਹੜੇ ਥੱਲੇ ਇੰਪਲਾਈਜ਼ ਨੇ ਜਿੱਥੇ ਵੀ ਗੁੱਸਾ ਕੱਢ ਸਕਦਾ ਕੱਢ ਲੈਂਦਾ, ਅਤੇ ਇੱਕੋ ਇੱਕ ਬੰਦਾ ਵੀ ਘਰ ਵਾਲੀ 'ਤੇ ਮੇਰੇ ਖਿਆਲ ਗੁੱਸਾ ਛੇਤੀ ਨਹੀਂ ਨਿਕਲਦਾ, ਉੱਥੇ ਪੀਣਾ ਹੀ ਪੈਂਦਾ। ਮੈਂ ਹੁਣੇ ਹਜੇ ਪੜ੍ਹ ਰਿਹਾ ਸੀ, ਉਹ ਕਹਿੰਦੇ ਵੀ ਉਹ ਬੰਦੇ ਨੂੰ ਘਰ ਆਈ ਦੇ ਪਿੱਛੇ ਬੰਦਾ ਖੜਾ ਇਹ ਸੋਚਦਾ ਰਹਿੰਦਾ ਵੀ ਇਹਨੂੰ ਇੱਥੇ ਕਾਹਦਾ ਗੁੱਸਾ, ਕਹਿੰਦਾ ਜਿਹਨਾਂ ਕੀਤਾ ਸੀ ਇਹਨੂੰ ਇੱਥੇ ਕਾਹਦਾ ਗੁੱਸਾ। ਇਹ ਵੀ ਗੱਲ ਪੱਕੀ ਹੈ, ਕਈ ਵਾਰੀ ਪਤਾ ਹੀ ਨਹੀਂ ਹੁੰਦਾ ਕਿ ਗੁੱਸਾ ਕੀਤਾ ਕਦਾ, ਪਤਾ ਲੱਗੇ ਵੀ ਉਸ ਗੱਲ ਦੀ ਮਾਫ਼ੀ ਮੰਗ ਲਈ। ਬੰਦਾ ਸਗੋਂ ਡਰਦਾ ਹੁੰਦਾ ਵੀ ਹੁਣ ਅੱਜ ਕਿਤੇ ਬੁਲਾ ਨਾ ਲਵੇ, ਕਿਤੇ ਬੋਲਣਾ ਨਾ ਪਵੇ, 4 ਦਿਨ ਹੋਰ ਲੰਘ ਜਾਣ ਵਧੀਆ। ਜਿੱਦਾਂ ਕਿਸੇ ਬੰਦੇ ਨੇ ਲਿਖਿਆ, ਕਹਿੰਦਾ ਜਦੋਂ ਰੋਟੀ ਖਾਣ ਲੱਗਿਆ ਤੇ ਘਰ ਆਈ ਕਹਿ ਦੇਵੇ ਮਾੜੇ ਗੁੱਸੇ ਚ ਪਿੱਛੇ ਦੀ ਰੋਟੀ, ਤੁਸੀਂ ਰੋਟੀ ਖਾ ਲਓ ਪਹਿਲਾਂ ਫਿਰ ਕੋਈ ਗੱਲ ਕਰਨੀ ਆ, ਕਹਿੰਦਾ ਸਾਰੀ ਭੁੱਖ ਮਰ ਜਾਂਦੀ ਹੈ। ਇਹਦਾ ਗੱਲ ਕੁਛ ਨਾ ਲਿਖੇ ਨਹੀਂ, ਪਰ ਗੁੱਸਾ ਆਉਣਾ ਮਾੜੀ ਗੱਲ ਨਹੀਂ, ਗੁੱਸੇ ਨੂੰ ਸਾਂਭਣਾ ਮਾੜੀ ਗੱਲ, ਗੁੱਸਾ ਵੀ ਸਾਡੇ ਚਲੋ ਸਰੀਰ ਦਾ ਹਿੱਸਾ ਹੈਗਾ ਇਹ। ਬਿਲਕੁਲ ਬਿਲਕੁਲ, ਅਤੇ ਗੁੱਸੇ ਦੇ ਵਿੱਚ ਜਿਹੜੀ ਗੱਲ ਮੁੜ ਕੇ ਵੱਧ ਜਾਂਦੀ ਹੈ ਉਹ ਕੰਮ ਖਰਾਬ ਕਰਦੀ ਹੈ। ਦਵਿੰਦਰ ਜੀ
ਵੈਸੇ ਤੁਸੀਂ ਕਦੇ ਘਰ ਦਾ ਗੁੱਸਾ ਕਿਸੇ ਹੋਰ ਤੇ ਕੱਢਿਆ? ਏਦਾਂ ਲੈ ਕੇ ਮੈਂ ਕੱਢਦਾ ਹੀ ਤਾਂ ਪੱਕਾ ਹੀ ਛਪ ਜਾਂਦਾ ਮੁੜ ਕੇ। ਫਰਸਟ੍ਰੇਸ਼ਨ ਜਦੋਂ ਤੁਸੀਂ ਵੱਖ 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 ਰਚਨਾਵਾਂ ਪੁਰਾਣੀਆਂ ਪੜ੍ਹੋਗੇ ਜਿਹੜੀਆਂ ਅਖਬਾਰਾਂ ਵਿੱਚ ਛਪੀਆਂ, ਤਾਂ ਬੱਚੇ ਇੱਦਾਂ ਦਾ ਕਿਤੇ ਨਾ ਕਿਤੇ ਆ ਜਾਂਦਾ ਜਿਕਰ। ਨਹੀਂ ਚਲੋ ਗੱਲ ਅਸੀਂ ਆਮ ਇਨਸਾਨ ਦੇ ਗੁੱਸੇ। ਅੱਛਾ ਦੂਜੀ ਜਿਹੜਾ ਸਵਾਲ ਸੀਗਾ ਉਹ ਤਾਂ ਵਿੱਚੇ ਰਹਿ ਗਿਆ ਵੀ ਜਦੋਂ ਹਾਂਜੀ ਗੁੱਸਾ ਬੰਦੇ ਨੂੰ ਆਉਂਦਾ ਤਾਂ ਚੰਗੇ ਤੋਂ ਚੰਗਾ ਹੋਵੇ, ਚੰਗਾ ਪੜ੍ਹਿਆ ਲਿਖਿਆ ਹੋਵੇ ਸਭ ਤੋਂ, ਉਹ ਗਾਲ ਕਿਉਂ ਮੂੰਹ ਨਿਕਲਦੀ ਪਹਿਲਾਂ? ਦੇਖੋ ਗਾਲ ਤੇ ਜਦੋਂ ਨਿਕਲਦੀ ਬੰਦੇ ਦਾ ਇਹ ਕਨੈਕਸ਼ਨ ਹੀ ਸਿੱਧਾ ਮੇਰਾ ਖਿਆਲ ਗੁੱਸੇ ਦੇ ਨਾਲ ਆਈ ਆ। ਮੈਂ ਤੇ ਕਿਸੇ ਤੋਂ ਸੁਣਿਆ ਉਸਦਾ ਪਤਾ ਨੀ ਗੱਲ ਕਰਨੀ ਚਾਹੀਦੀ ਕਿ ਨਹੀਂ, ਕਹਿੰਦੇ ਵੀ ਜਦੋਂ ਉਹ ਪੁਰਾਣੇ ਸਮੇਂ ਯੋਧੇ ਲੜਦੇ ਵੀ ਸੀ ਨਾ, ਭਾਵੇਂ ਜਿੰਨੇ ਮਰਜ਼ੀ ਕਹਿੰਦੇ ਉਹ ਸੱਚੇ ਸੁੱਚੇ ਹੁੰਦੇ ਸੀ, ਭਾਵੇਂ ਰੱਬ ਨੂੰ ਮੰਨਣ ਵਾਲੇ ਹੁੰਦੇ ਸੀ, ਕਹਿੰਦੇ ਉਹ ਵੀ ਜਦੋਂ ਕਿਰਪਾਨ ਕਰਦੇ ਮੂੰਹ ਚੋਂ ਗਾਲ ਤੇ ਨਿਕਲਦੀ ਹੋਣੀ ਕੱਢਤਾ ਹੀ ਨੂੰ ਮਾਰੀ ਧੋਣ ਦੇ ਕਹਿੰਦੇ ਕਿਰਪਾਨ ਲਾ ਲਿਓ, ਹੈ ਨਾ। ਕਹਿੰਦੇ ਇਹਦਾ ਕਰੈਕਸ਼ਨ ਪਤਾ ਨਹੀਂ ਕੀ ਹੈ ਗੁੱਸੇ ਦਾ ਜਿਹੜਾ ਇਹਦੇ ਨਾਲ, ਔਰ ਮੈਂ ਕਹਿੰਦਾ ਇਹ ਬੂਸਟ ਕਰਦੀ ਜਦੋਂ ਅਸੀਂ ਗਾਲ ਕੱਢਦੇ ਹਾਂ ਬੂਸਟ ਕਰਦੀ, ਜਿਹੜੇ ਮੋਰਲੇ ਬੰਦੇ ਨੂੰ ਵੀ ਉਕਸਾਉਂਦੀ ਹੈ ਤੇ ਫਿਰ ਉਦੋਂ ਫਿਰ ਗੱਲ ਵੱਧ ਜਾਂਦੀ ਹੈ, ਉਦੋਂ ਗੱਲ ਵੱਧਦੀ ਹੈ। ਇੱਥੇ ਜਦੋਂ ਉਹਦਾ ਵਿਰੋਧ ਹੋ ਰਿਹਾ ਸੀ ਇੱਥੇ ਸੈਕਰਾਮੈਂਟੋ ਸੀ ਇੱਕ ਡਾਕਟਰ ਸੀ ਢੱਡਰੀਆਂ ਵਾਲੇ ਦਾ, ਅਤੇ ਇੱਕ ਜਿਹੜੇ ਕਰ ਰਹੇ ਸੀ ਭਾਈ ਸਾਹਿਬ ਚੰਗੇ ਭੱਲੇ ਐਨ ਸਾਫ ਸੂਰਤ, ਬਹੁਤ ਪਰਮਾਤਮਾ ਨੇ ਬਖਸ਼ਿਆ ਸੀ ਉਹਨਾਂ ਨੂੰ ਪੂਰਾ, ਕੱਦ ਕਾਠ ਵੀ ਵਧੀਆ ਐਨ ਅਤੇ ਪਰਸਨੈਲਿਟੀ ਬਹੁਤ ਸੋਹਣੀ, ਸਿੰਘ ਸਜੇ ਹੋਏ ਸੀ, ਅਤੇ ਉਹ ਵੀ ਉਹ ਜੋ ਲਾਈਵ ਕਰ ਰਹੇ ਸੀ ਵੀਡੀਓ, ਅਤੇ ਉਹ ਵੀ ਮਤਲਬ ਇੱਦਾਂ ਗਾਲ ਅਤੇ ਗਾਲ ਅਤੇ ਨਾਲ, ਹੁਣ ਉਹਦਾ ਕਾਹਦਾ ਫਿਰ ਅਸੀਂ ਕੀ ਦੱਸਣਾ ਚਾਹੁੰਦੇ ਬੱਚਿਆਂ ਨੂੰ ਜਾਂ ਕੀ ਕਰਨਾ ਚਾਹੁੰਦੇ? ਬਾਅਦ 'ਚ ਉਹਨਾਂ ਨੇ ਵੀ ਮਾਫ਼ੀ ਮੰਗ ਲਈ, ਚਲੋ ਉਹ ਜੀ ਮੇਰੇ ਤੋਂ ਗੁੱਸੇ 'ਚ ਸੀਗਾ ਅਤੇ ਮੈਂ ਗੁੱਸੇ 'ਚ ਕੰਮ ਹੋ ਗਿਆ, ਬਾਅਦ ਵਿੱਚ ਜਦੋਂ ਗੁੱਸਾ ਲੈ ਜਾਂਦਾ ਉਦੋਂ ਮਾਫ਼ੀ ਮੰਗ ਲਓ। ਵੈਸੇ ਅੱਜ ਕੱਲ੍ਹ ਜਿਹੜਾ ਟ੍ਰੈਂਡ ਚੱਲਣ ਡਿਆ ਵੀ ਪਹਿਲਾਂ ਲੋਕੀ ਕੰਮ ਕਰਕੇ ਬਾਅਦ 'ਚ ਮਾਫ਼ੀ ਮੰਗ ਕੇ ਕੰਮ ਮੁਕਾਉਂਦੇ ਆ, ਜਿਹੜਾ ਗੁੱਸਾ ਭਾਜੀ ਇਹ ਤਾਂ ਸਰੀਰ ਦੇ ਵਿੱਚ ਹੀ ਆਇਆ, ਜਿਹੜੇ ਗਾਲ ਵਾਲੀ ਗੱਲ ਆਇਆ ਤਾਂ ਜ਼ਰੂਰ ਸਰੋਤਿਆਂ ਤੱਕ ਦਰਸ਼ਕਾਂ ਨੂੰ ਪੁੱਛਣੀ ਚਾਹੀਦੀ ਆ ਵੀ ਕਿਉਂਕਿ ਵੱਖ ਵੱਖ ਸਿਆਣੇ ਸਿਆਣੇ ਬੰਦੇ ਬੈਠੇ ਵੱਖਰੇ ਵੱਖਰੇ ਵਿਚਾਰ ਦੇਣਗੇ ਅਤੇ ਗਾਲ ਦਾ ਕੀ ਕਨੈਕਸ਼ਨ ਹੈ ਨਾ, ਅਤੇ ਸੋਚਣ ਵਾਲੀ ਗੱਲ ਹੈ ਗੁੱਸੇ ਨਾਲ। ਹਾਂ ਹਾਂਜੀ ਹਾਂਜੀ, ਬਾਕੀ ਉੱਦਾਂ ਦੇਖੋ ਜੇ ਬੜੀ ਸ਼ਾਂਤੀ ਜਿਹੀ ਦੇ ਨਾਲ ਕਿਸੇ ਨਾਲ ਲੜਨਾ ਹੋਵੇ ਉਹਨੂੰ ਬੰਦਾ ਕਿੱਦਾਂ ਪੁੱਛੇ, ਉਹਨੂੰ ਕਿੱਦਾਂ ਲੜੂਗਾ, ਉਹ ਬੰਦਾ ਇੱਦਾਂ ਲੜੂਗਾ ਓਏ ਤੂੰ ਮੈਨੂੰ ਇਹ ਕਿਹਾ ਜੇ ਦੁਬਾਰਾ ਕਿਹਾ ਤਾਂ ਮੈਂ ਤੇਰੇ ਏਦਾਂ ਇਹ ਥੱਪੜ ਮਾਰੂ, ਮੈਨੂੰ ਇਹ ਲੱਗਦਾ ਤੁਸੀਂ ਕਿਹਾ ਵੀ ਪੁਰਾਣੇ ਸਮੇਂ 'ਚ ਵੀ ਏਦਾਂ ਜਦੋਂ ਕਿਰਪਾਨ ਕੱਢ ਕੇ ਗਾਲੀ ਕੱਢਦੇ ਸੀ, ਮੈਨੂੰ ਇਹ ਲੱਗਦਾ ਕਿ ਪੁਰਾਣੇ ਸਮੇਂ ਦੇ ਵਿੱਚ ਘੱਟ ਸੀ ਇਹ ਚੀਜ਼ਾਂ। ਮੈਂ ਹੁਣ ਪਿੰਡਾਂ 'ਚ ਲੜਾਈਆਂ ਬਥੇਰੀਆਂ ਸੁਣੀਆਂ ਦੇਖੀਆਂ, ਅਸੀਂ ਨਿੱਕੇ ਨਿੱਕੇ ਹੁੰਦੇ ਪਿੰਡਾਂ 'ਚ ਵੀ ਆਏ ਹਾਂ ਅਤੇ ਪਿੰਡਾਂ 'ਚ ਮੈਂ ਕਦੇ ਕਦੇ ਨਹੀਂ ਇੱਦਾਂ ਇਸ ਤਰ੍ਹਾਂ ਦੀਆਂ ਗਾਲਾਂ ਵੀ, ਲੇਡੀਜ਼ ਵੀ ਖੜੀਆਂ ਆ ਅਤੇ ਸਾਰੇ ਵੀ ਇਸ ਤਰ੍ਹਾਂ ਦੀ ਗਾਲ ਕੱਢਦੇ ਕੁੱਢਦੇ ਦੇਖੇ, ਮੈਂ ਨਹੀਂ ਬਾਹਲਾ ਕੁਝ ਦੇਖਿਆ। ਚਲੋ ਜੀ ਜੀ, ਪਹਿਲਾਂ ਨਾਲ ਤਾਂ ਡੈਫੀਨੈਟਲੀ ਪੁਰਾਣੇ ਸਮੇਂ ਨਾਲ ਤਾਂ ਪਹਿਲਾਂ ਫਰਕ ਆ, ਸਮੇਂ ਦੇ ਹਿਸਾਬ ਨਾਲ ਜਦੋਂ ਸਭ ਕੁਛ ਬਦਲਦਾ ਤੇ ਡੈਫੀਨੈਟਲੀ ਗਾਲਾਂ ਵੀ, ਕਿਉਂਕਿ ਕੁਛ ਜਿਹੜੀਆਂ ਅੱਜ ਕੱਲ੍ਹ ਆਪਾਂ ਜਿਹੜੀਆਂ ਲੇਟੈਸਟ ਕਮੇਡੀਆਂ ਹੀ ਦੇਖ ਲਓ ਜਾਂ ਫਿਲਮਾਂ ਦੇਖ ਲਓ, ਉਹਨਾਂ ਦੇ ਵਿੱਚ ਵੀ ਜਿਹੜਾ ਪਾਲਾ ਸ਼ਬਦ ਤਾਂ ਏਦਾਂ ਆਮ ਜਿਹਾ ਹੀ ਕਰਤਾ ਵੀ ਜਿੱਦਾਂ ਕੋਈ ਕਿਸੇ ਟਾਈਮ ਤੇ ਇਹ ਗੱਲ ਕਹਿਣ ਤੇ ਸਿਰ ਪਾੜ ਜਾਂਦੇ ਹੁੰਦੇ ਸੀ, ਹੈ ਨਾ। ਅੱਜ ਕੱਲ੍ਹ ਤੇ ਕਮੇਡੀਆਂ ਫਿਲਮ ਦੇਖ ਲਓ ਜਾਂ ਦੂਜੀਆਂ ਫਿਲਮਾਂ ਦੇਖ ਲਓ, ਸਾਰੇ ਨੂੰ ਤਾਂ ਏਦਾਂ ਲੈ ਲੈਣਾ ਇਹ ਸ਼ਬਦ ਨੂੰ ਵੀ ਏਦਾਂ ਵੀ ਤਾਂ ਕੋਈ ਵੈਲਿਊ ਜੀ ਖਤਮ ਕਰ ਦਿੱਤੀ। ਚਲੋ ਲਾਸਟ ਸਵਾਲ ਤੁਹਾਡੇ ਵਾਸਤੇ, ਉਦੋਂ ਬਾਅਦ ਮੇਰਾ ਇਹੀ ਸਵਾਲ ਸਾਡੇ ਦਰਸ਼ਕਾਂ ਵਾਸਤੇ, ਜਦੋਂ ਗੁੱਸਾ ਆਉਂਦਾ ਤੇ ਉਹਨੂੰ ਕੰਟਰੋਲ ਕਿਵੇਂ ਕਰ ਸਕਦੇ ਹਾਂ, ਇੰਨਾ ਕੁ ਕੰਟਰੋਲ ਕਿਵੇਂ ਕਰ ਸਕਦੇ ਸਾਡੇ ਮੂੰਹ ਚੋਂ ਗਾਲ ਨਾ ਨਿਕਲੇ, ਇਹਦਾ ਕੋਈ ਹੱਲ ਤੁਹਾਡੇ ਹਿਸਾਬ ਨਾਲ? ਸਰ ਦੇ ਉੱਤੇ ਹੱਥ ਰੱਖ ਕੇ ਉਹਦੇ ਨਾਲ ਸ਼ਾਂਤੀ ਸ਼ਾਂਤੀ, ਜੇ ਕੰਮ ਚੱਲ ਗਿਆ ਤਾਂ ਠੀਕ ਆ, ਕਰਕੇ ਦੇਖ ਲਿਓ, ਨਹੀਂ ਚੱਲਿਆ ਤਾਂ ਬਸ ਠੀਕ ਆ। ਚਲੋ ਠੀਕ ਹੈ, ਬਹੁਤ ਮਿਹਰਬਾਨੀ ਤੁਹਾਡੀ ਫੋਨ ਤੇ ਗੱਲਬਾਤ ਕਰਨ ਲਈ। ਥੈਂਕ ਯੂ ਭਾਜੀ, ਮਿਹਰਬਾਨੀ ਜੀ ਮਿਹਰਬਾਨੀ। ਇਹ ਸੀਗੇ ਦਵਿੰਦਰ ਹੋਠੀ, ਕਵਿਤਾ ਵੀ ਵਧੀਆ ਸੀ, ਵਧੀਆ ਲੱਗੀ ਮੈਨੂੰ ਅੱਜ ਕਵਿਤਾ, ਮੌਕੇ ਦੀ ਸੀਗੀ ਗੱਲਬਾਤ, ਅਤੇ ਗੱਲ ਗੁੱਸੇ ਦੀ ਅੱਜ ਕਰਨੀ ਹੈ ਅਤੇ ਗੁੱਸੇ ਵਿੱਚ ਨਹੀਂ ਕਰਨੀ, ਗੁੱਸੇ ਦੀ ਗੱਲ ਕਰਨੀ ਹੈ ਅਤੇ ਗੁੱਸੇ ਵਿੱਚ ਨਹੀਂ ਕਰਨੀ। ਸੋ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਜਿਹੜੀ ਗੱਲ ਅਸੀਂ ਕਰਦੇ ਹਾਂ ਜਾਂ ਲੀਡਰਾਂ ਦੀ ਗੱਲ ਕਰੀਏ ਤਾਂ ਗੱਲ ਨਸ਼ਾ ਛਡਾਉਣ ਦੀ ਕਰਦੇ ਹੁੰਦੇ ਅਤੇ ਕਰਦੇ ਪਾਈਆ ਪੀ ਕੇ ਹੁੰਦੇ ਆ। ਸੋ ਗੁੱਸੇ ਦੀ ਗੱਲ, ਗੁੱਸੇ ਦਾ ਅਸੀਂ ਕਿਵੇਂ ਕੰਟਰੋਲ ਕਰ ਸਕਦੇ ਹਾਂ, ਇਹ ਤੁਸੀਂ ਸਿਆਣੇ ਹੋ ਸਾਰੇ ਟੀ ਵੀ ਦੇਖਣ ਵਾਲੇ, ਕਿ ਕਿਵੇਂ ਕੀ ਹੱਲ ਹੋਣਾ ਚਾਹੀਦਾ ਜਦੋਂ ਬੰਦੇ ਨੂੰ ਗੁੱਸਾ ਆਉਂਦਾ, ਕਿ ਉਦੋਂ ਉਹਦੀ ਜ਼ੁਬਾਨ ਦੇ ਉੱਪਰ ਥੋੜ੍ਹਾ ਕੰਟਰੋਲ ਰਹੇ, ਇਹਦਾ ਕੋਈ ਹੱਲ ਤੁਹਾਡੇ ਕੋਲ ਹੋਵੇ ਤਾਂ ਜ਼ਰੂਰ ਸਾਡੇ ਲੱਖਾਂ ਪੰਜਾਬੀ ਜਿਹੜੇ ਇਸ ਟਾਈਮ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਨਾਲ ਜ਼ਰੂਰ ਸਾਂਝਾ ਕਰਿਓ। ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਾਂ ਲਾਵਾਂਗੇ, ਫਿਲਹਾਲ ਦੇਖਦੇ ਰਹੋ ਜਸ ਪੰਜਾਬੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਜੀ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ, ਗੱਲ ਚੱਲਦੀ ਹੈ ਗੁੱਸੇ ਦੀ। ਇੱਕ ਚੀਜ਼ ਹੋਰ ਮੈਂ ਜੋੜਨੀ ਭੁੱਲ ਗਿਆ ਪਹਿਲਾਂ ਗੁੱਸੇ ਦੇ ਨਾਲ, ਮੇਰੇ ਖਿਆਲ ਜਿਹੜੇ ਲੋਕ ਇੱਕ ਤਾਂ ਦੁਖੀ ਹੋ ਕੇ ਸੁਇਸਾਈਡ ਕਰਦੇ ਨੇ ਉਹ ਦੁਖੀ ਹੋ ਕੇ ਜ਼ਿਆਦਾ ਕਰਦੇ ਨੇ, ਮੇਰੇ ਖਿਆਲ ਸ਼ਾਇਦ ਉਹਦੇ ਨਾਲ ਗੁੱਸੇ ਦਾ ਕੋਈ ਸੰਬੰਧ ਨਹੀਂ ਹੈਗਾ, ਪਰ ਗੁੱਸੇ ਦੇ ਵਿੱਚ ਵੀ ਕਈ ਇਹੋ ਜਿਹਾ ਕਦਮ ਚੱਕ ਲੈਂਦੇ ਨੇ ਜਿਹਦਾ ਫਿਰ ਬਹੁਤ ਵੱਡਾ ਨੁਕਸਾਨ ਹੁੰਦਾ। ਸੋ ਤੁਹਾਡੇ ਕੀ ਵਿਚਾਰ ਨੇ ਗੁੱਸੇ ਬਾਰੇ, ਗੁੱਸਾ ਕਿਉਂ ਆਉਂਦਾ, ਗੁੱਸੇ ਦੇ ਵਿੱਚ ਗਾਲ ਕਿਉਂ ਨਿਕਲਦੀ ਹੈ, ਗੁੱਸੇ ਨੂੰ ਕੰਟਰੋਲ ਕਰਨ ਦਾ ਕੀ ਤਰੀਕਾ, ਅਤੇ ਪੰਜਾਬੀਆਂ ਨੂੰ ਖਾਸ ਤੌਰ 'ਤੇ ਕਿਹੜੀ ਕਿਹੜੀ ਗੱਲ ਦਾ
ਗੁੱਸਾ ਆਉਂਦਾ ਹੈ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਸਤਿ ਸ਼੍ਰੀ ਜੀ, ਅਕਾਲ ਸਤਿ ਜੀ। ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਕੀ ਕਹਿਣਾ ਚਾਹੁੰਦੇ ਜੀ? ਹਾਂਜੀ, ਮੈਂ ਵੀ ਬਸ ਨਾ ਇਸੇ ਤੇ ਹੀ ਬੋਲਣਾ ਸੀਗਾ। ਜ਼ਰੂਰ। ਤੇ ਅੱਜ ਮੇਰੀ ਨਾ ਬੇਟੇ ਨਾਲ ਗੱਲ ਹੋਈ। ਅੱਛਾ ਜੀ। ਤੇ ਉਹ ਮੈਨੂੰ ਦੱਸਣ ਲੱਗ ਗਏ ਭਗਵੰਤ ਮਾਨ ਬਾਰੇ ਹੀ ਕਿ ਮਤਲਬ ਬਾਹਰੋਂ ਹੁਣ ਬੱਚੇ ਕੋਈ ਦੇਖਦੇ ਰਹਿੰਦੇ ਹੈਗੇ ਆ, ਕਹਿੰਦੇ ਜਿਹੜਾ ਉਹ ਬੰਦਾ ਆਇਆ ਸੀ ਉਹਨੇ ਪਹਿਲਾਂ ਗਾਲ ਕੱਢੀ ਸੀਗੀ ਭਗਵੰਤ ਮਾਨ ਨੂੰ, ਗੁਰਦਾਸ ਮਾਨ ਨੂੰ। ਗੁਰਦਾਸ ਮਾਨ ਨੂੰ, ਹਾਂਜੀ ਗੁਰਦਾਸ ਮਾਨ ਨੂੰ। ਠੀਕ ਹੈ। ਤੇ ਫੇਰ ਮਤਲਬ ਜੇ ਉਹ ਗਾਲ ਨਹੀਂ, ਚਲੋ ਕੱਢੀ ਆ ਉਹਨੇ। ਨਹੀਂ, ਆਪਾਂ ਆਪਾਂ ਉੱਥੇ ਉਸ ਆਪਾਂ ਆਪਣੀ ਗੱਲ, ਆਪਾਂ ਆਮ ਬੰਦਿਆਂ ਦੇ, ਆਮ ਲੋਕਾਂ ਦੀ ਗੱਲ ਕਰੀਏ, ਗੁੱਸਾ ਕਿਉਂ ਆਉਂਦਾ ਹੈ ਤੇ ਗਾਲ ਹਾਂਜੀ ਕਿਉਂ ਕਿ ਨਿਕਲਦੀ ਨਹੀਂ ਨਹੀਂ ਸੀ? ਮੈਂ ਇਹੀ ਕਹਿਣੀ ਆ ਕਿ ਹਰ ਬੰਦਾ ਜਿਹੜਾ ਨਾ ਖੂਨ ਦੇ ਵਿੱਚ ਕੁਛ ਨਾ ਕੁਛ ਸਾਡੇ ਗਰਮ ਵੀ, ਗਰਮੀ ਵੀ ਹੈਗੀ ਆ ਤੇ ਸਰਦੀ ਵੀ ਹੁੰਦੀ ਆ, ਕਈ ਵਾਰੀ ਬੰਦਾ ਪੀ ਲੈਂਦਾ ਹੈਗਾ ਤੇ ਕਈ ਵਾਰੀ ਉਹਦਾ ਜਵਾਬ ਦਿੱਤਾ ਜਾਂਦਾ ਆਟੋਮੈਟਿਕਲੀ। ਕਈ ਵਾਰੀ ਮੈਨੂੰ ਵੀ ਸਾਰੇ ਕਹਿ ਦੇਣਗੇ ਤੁਹਾਡੇ ਚ ਬੜਾ ਗੁੱਸਾ ਹੈਗਾ, ਕਈ ਵਾਰੀ ਕੋਈ ਗੱਲ ਸੁਣ ਕੇ ਉਹਦਾ ਸਾਡੇ ਅੰਦਰੋਂ ਨਾ ਜਿਹੜੀ ਐਨਰਜੀ ਹੈਗੀ ਆ, ਅਸੀਂ ਜ਼ੋਰ ਦੇ ਨਾਲ ਬੋਲਦੇ ਹਾਂ ਤੇ ਉਹਨੂੰ ਕਈ ਲੋਕ ਇਹਨੂੰ ਗੁੱਸਾ ਕਹਿ ਲੈਂਦੇ। ਮੈਂ ਨੀ, ਨਹੀਂ, ਇੱਕ ਐਨਰਜੀ ਜੀ ਅੰਦਰ ਹੁੰਦੀ ਆ ਕਿ ਅਸੀਂ ਕਈ ਵਾਰੀ ਕੋਈ ਜੇ ਕੋਈ ਲੱਗਦਾ ਹੈ ਸਾਨੂੰ ਕਿ ਇਹ ਬੰਦੇ ਨੇ ਗਲਤ ਬੋਲਿਆ ਏ, ਹਨਾ, ਘਰ ਦੇ ਵਿੱਚ ਵੀ ਕਈ ਵਾਰੀ ਹੁੰਦਾ, ਅਸੀਂ ਉਹ ਚਾਹੇ ਤੁਸੀਂ ਸਮਝ ਲਓ ਇਹ ਸੱਚਾਈ ਹੁੰਦੀ ਆ, ਚਾਹੇ ਇਹਨੂੰ ਤੁਸੀਂ ਗੁੱਸਾ ਕਹਿ ਲਓ ਕਿ ਅਸੀਂ ਆਪਣਾ ਪੱਖ ਜਿਹੜਾ ਹੈਗਾ ਨਾ ਅੰਦਰੋਂ ਹੀ ਤਾਕਤ ਆਉਂਦੀ ਆ ਕਿ ਅਸੀਂ ਉਹਨੂੰ ਆਪਣਾ ਬਿਆਨ ਕਰਦੇ ਹਾਂ, ਇੱਕ ਬਿਆਨ ਕਰਨ ਦੀ ਚੀਜ਼ ਹੁੰਦੀ ਹੈਗੀ ਆ ਮਤਲਬ। ਤੇ ਇਹ ਹਰ ਬੰਦੇ ਦੇ ਅੰਦਰ ਪਰਮਾਤਮਾ ਨੇ ਇਹਨੂੰ, ਮੈਂ ਤਾਂ ਨੀ ਕਹਿੰਦੀ ਗੁੱਸਾ, ਕਈ ਵਾਰੀ ਇਹਦੇ ਵਿੱਚ ਚੰਗੇ ਕੰਮ ਵੀ ਹੁੰਦੇ ਆ, ਨਹੀਂ ਚੰਗੇ ਤਾਂ ਹੁੰਦੇ ਜੇ ਅਸੀਂ ਹੋਣਗੇ, ਅੰਦਰੋਂ ਕੋਈ ਚੀਜ਼ ਬੋਲਦੇ ਆ ਉਹਦਾ ਅਗਲੇ ਬੰਦੇ ਤੇ ਜ਼ਰੂਰ ਉਹਦੇ ਤੇ ਅਸਰ ਹੁੰਦਾ ਏ, ਉਹ ਸੋਚਦਾ ਏ ਤੇ ਉਹ ਵੀ ਅੱਗੋਂ ਮਤਲਬ ਰਿਜ਼ਲਟ ਹਰ ਵੇਲੇ ਮਾੜਾ ਨਹੀਂ ਹੁੰਦਾ ਗਾ ਇਹਦਾ। ਜੀ ਜੀ ਜੀ, ਹਰ ਵੇਲੇ ਮਾੜਾ ਨਹੀਂ ਹੁੰਦਾ, ਪਰ ਜਦੋਂ ਮਾੜਾ ਹੁੰਦਾ, ਬਹੁਤ ਮਾੜਾ ਹੁੰਦਾ ਘਰਾਂ ਦੇ ਘਰ, ਨਹੀਂ ਉਹ ਤੇ ਫਿਰ ਚੰਗਾ ਮਾੜਾ ਤਾਂ ਰੱਬ ਨੇ ਬਣਾਇਆ ਏ, ਉਹ ਤਾਂ ਦੁਨੀਆਂ ਚੱਲੀ ਜਾਂਦੀ ਆ। ਹੁਣ ਕੱਲ ਆਪਾਂ ਸਾਰਾ ਦਿਨ ਦੇਖੀ ਗਏ ਆ ਹਨਾ, ਇੱਕ ਪਾਸੇ ਆਪਾਂ ਕਹਿੰਦੇ ਆ ਕਿ ਮਤਲਬ ਉਹ ਸਿੱਖੀ ਵਾਸਤੇ ਇਹ ਹੋ ਚੁੱਕਿਆ, ਇਹ ਹੋ ਚੁੱਕਿਆ ਹੈਗਾ ਹਨਾ, ਤੇ ਪਰ ਹਾਂਜੀ ਤੁਸੀਂ ਸੁਣ ਰਹੇ ਆ? ਹਾਂਜੀ ਹਾਂਜੀ ਬਿਲਕੁਲ ਜੀ। ਹਾਂਜੀ, ਤੇ ਮੈਂ ਆਪਣੀ ਗੱਲ ਦੱਸਾਂ, ਮੇਰੇ ਤਾਇਆ ਜੀ ਜਿਹੜੇ ਸੀਗੇ ਉਹ ਫੌਜ ਦੇ ਵਿੱਚ ਪੂਰੇ ਹੋ ਗਏ ਜੀ, ਉਹਨਾਂ ਦੀਆਂ ਦੋ ਲੜਕੀਆਂ, ਤੇ ਉਹ ਤਾਈ ਮੇਰੀ ਘਰੇ ਆਈ ਮੇਰੇ ਫਾਦਰ ਦੇ ਨਾਲ, ਮਤਲਬ ਜਿਵੇਂ ਉਹ ਦੁਬਾਰਾ ਵਿਆਹ ਕਰ ਦਿੰਦੇ ਆ, ਪਰ ਮੈਂ ਦੇਖਦੀ ਜਿੰਨਾ ਟਾਈਮ ਮੈਂ ਦੇਖਿਆ ਨਾ ਮੈਂ ਰੋਈ ਗਈ ਆ, ਤੇ ਮੈਨੂੰ ਆਪਣੇ ਘਰ ਦੀ ਯਾਦ ਆ ਰਹੀ ਸੀਗੀ ਕਿ ਮੇਰੀ ਦਾਦੀ, ਫਿਰ ਮੇਰੇ ਫਾਦਰ ਵੀ ਫੌਜ ਵਿੱਚ ਚਲੇ ਗਏ, ਇੱਕ ਬੱਚੇ ਨੂੰ ਫਾਦਰ ਮਤਲਬ ਫੌਜ ਵਿੱਚੋਂ ਆਏ ਹੋ ਕੇ ਆ ਜੇ, ਉਦੋਂ ਬਾਅਦ ਦੂਜਾ ਚਲੇ ਜਾਵੇ, ਘਰੇ ਦੋ ਜਨਾਨੀਆਂ ਹੋਣ, ਗਾਂ ਉਹਨਾਂ ਦੇ ਬੱਚੇ ਹੋਣ, ਤੇ ਬਹੁਤ ਔਖਾ ਏ, ਚਾਹੇ ਨਾਮ ਸਾਰਾ ਕੁਛ ਮਿਲ ਗਿਆ ਪਰ ਇੱਕ ਜਨਾਨੀ ਤੇ ਬੱਚੇ ਪਿੱਛੇ ਸਾਰੀ ਉਮਰ ਦਾ ਜਿਹੜਾ ਹੈਗਾ ਨਾ, ਮੈਂ ਨੀ ਕਹਿ ਸਕਦੀ ਕਿ ਠੀਕ ਆ ਸਭ ਕੁਛ, ਉਹਨੂੰ ਰੱਬ ਸਹਿਣ ਸ਼ਕਤੀ ਦੇਊਗਾ, ਭਾਣਾ ਮੰਨਣਾ ਪਊਗਾ, ਪਰ ਇਹ ਚੀਜ਼ ਜਿਹੜੀ ਆ ਨਾ ਬਹੁਤ ਜ਼ਿਆਦੇ, ਕੋਈ ਮੈਂ ਨੀ ਏਦੋਂ ਵੱਡੀ ਕੋਈ ਤਕਲੀਫ ਉਹਨਾਂ ਵਾਸਤੇ ਫਾਦਰ ਪਿੱਛੇ ਨਹੀਂ ਹੈ। ਪੈਸਾ ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਪੈਸਾ ਵੀ ਇਹ ਚੀਜ਼ਾਂ ਨਹੀਂ ਕਵਰ ਕਰਦਾ, ਪਰ ਆਪਾਂ ਗੁੱਸੇ ਦੀ ਗੱਲ ਕਰ ਰਹੇ ਸੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਹ ਗਿਆਨ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਜਿਹੜਾ ਤੁਸੀਂ ਮੁੱਦਾ ਲੈ ਕੇ ਆਏ ਜੀ, ਇਹਦੇ ਵਿੱਚ ਜੋ ਸਿਆਣੇ ਵੀ ਕਹਿੰਦੇ, ਜੋ ਅਸੀਂ ਤਜਰਬਾ ਵੀ ਕੀਤਾ ਨਾ ਜੀ, ਜਿਵੇਂ ਹਰ ਇਨਸਾਨ 'ਚ ਪੰਜ ਔਗਣ ਹੈਗੇ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾਲੇ, ਜਿਹੜੇ ਬਾਕੀ ਕ੍ਰੋਧ ਛੱਡ ਕੇ ਚਾਰੇ ਤੁਸੀਂ ਛਪਾ ਸਕਦੇ ਆ, ਉਹਨਾਂ ਤੇ ਕਾਬੂ ਪਾਇਆ ਜਾ ਸਕਦਾ, ਕਿਤੇ ਗੁੱਸੇ ਕ੍ਰੋਧ ਤੇ ਨੀ ਪਾਇਆ ਜਾ ਸਕਦਾ। ਇਹ ਸਿਆਣੇ ਕਹਿ ਗਏ ਆ, ਮਹਾਂਪੁਰਸ਼ ਵੀ ਕਹਿ ਗਏ ਆ, ਇਹ ਇੱਕ ਐਸੀ ਬਿਮਾਰੀ ਆ, ਇਹ ਜਿਸਲੇ ਇਹ ਸਕਿੰਟਾਂ ਦੀ ਹੁੰਦੀ ਆ, ਮਿੰਟਾਂ 'ਚ ਵੀ ਨੀ ਹੁੰਦੀ। ਜਿਹੜਾ ਕ੍ਰੋਧ ਆ, 4000 ਗੁਣਾ ਸੈੱਲ ਕਹਿੰਦੇ ਵੱਧ ਪਾਵਰ 'ਚ ਆ ਜਾਂਦੇ ਜਿਸ ਇਨਸਾਨ 'ਚ ਆਉਂਦਾ, ਇਹ ਉਹਦੇ ਬਸ ਉਹਦੇ 'ਚ ਬਸ ਨਹੀਂ, ਆਪਾਂ ਦੂਜਿਆਂ ਤੇ ਚੋਂ ਤੇ ਕੰਟਰੋਲ ਕਰ ਸਕਦੇ ਹਾਂ, ਛਪਾ ਮਤਲਬ ਅੰਦਰੋਂ ਅੰਦਰ ਹੀ ਛਪਾ ਸਕਦੇ ਹਾਂ, ਆਪਾਂ ਕਾਮ ਆਇਆ ਛਪਾ ਸਕਦੇ ਹਾਂ, ਲੋਭ ਆ ਛਪਾ ਸਕਦੇ ਹਾਂ, ਮੋਹ ਆ ਛਪਾ ਸਕਦੇ ਹਾਂ, ਬਾਕੀ ਚੋਂ ਤੇ ਅਸੀਂ ਆਪਣੇ ਆਪ 'ਚ ਛਪਾ ਸਕਦੇ ਹਾਂ, ਜਿਹੜਾ ਕ੍ਰੋਧ ਆ ਇਹ ਤੁਸੀਂ ਛਪਾ ਨਹੀਂ ਸਕਦੇ। ਜੋ ਸਿਆਣੇ ਕਹਿ ਗਏ ਆ, ਜੋ ਤੱਤ ਕੱਢਿਆ ਸੀ, ਠੀਕ ਨਹੀਂ ਬਿਲਕੁਲ ਜੀ, ਹੈ ਜੀ। ਇਹਦੇ 'ਚ ਦੇਖੋ ਨਾ, ਤੁਸੀਂ
ਗਾਲ ਦੀ ਗੱਲ ਕੀਤੀ ਆ, ਕਤਲ ਤੱਕ ਹੋ ਜਾਂਦੇ ਕਿ ਨਹੀਂ ਹੋ ਜਾਂਦੇ? ਹੈ ਬਾਕੀ ਜਿਹੜੇ ਚਾਰ ਔਗਣ ਹੈਗੇ ਉਹਦੇ ਚ ਕਤਲ ਤੱਕ ਨੌਬਤ ਬਹੁਤ ਘੱਟ ਜਾਂਦੀ ਆ, ਜਦੋ ਬੇਇੱਜ਼ਤੀ ਹੋ ਗਈ ਚਾਰ ਬੰਦੇ ਪੈ ਗਏ ਹਨਾ, ਇਹ ਤਾਂ ਕਤਲ ਹੀ ਕਰ ਦੇਣਾ, ਫੈਸਲਾ ਤਾਂ ਬਾਅਦ ਚ ਹੋਊਗਾ। ਤਲਵਾਰ ਨਾ ਕੱਟੋ ਜਖ ਮਿਲ ਜਾਊਗਾ, ਗਾਲ ਦਾ ਕੱਟ ਹੀ ਨੀ ਮਿਲਦਾ ਕਹਿੰਦੇ। ਕਿਉਂ ਮੂੰਹ ਚੋਂ ਇਕਦਮ ਗਾਲ ਨਿਕਲਦੀ ਜਦੋਂ ਗੁੱਸਾ ਆਉਂਦਾ ਜੀ? ਨਹੀਂ, ਉਹ ਜਿਹਨੂੰ ਕ੍ਰੋਧ ਕਹਿੰਦੇ ਆ ਨਾ, ਬੰਦੇ ਚ ਚਾਰ ਔਗਣ ਹੈਗੇ, ਜੋ ਪਰਮਾਤਮਾ ਨੇ ਕੋਈ ਕੁਦਰਤੀ ਸਾਡਾ ਸਰੀਰ ਹੀ ਏਦਾਂ ਦਾ ਬਣਾਇਆ, ਇਹ ਜਦੋਂ ਕ੍ਰੋਧ ਆਉਣਾ ਸਾਨੂੰ, ਜਿਹਨੂੰ ਤੁਸੀਂ ਗੁੱਸਾ ਕਹਿ ਲਓ, ਨਾ ਕ੍ਰੋਧ ਹੈ ਇਹਦਾ, ਮਹਾਂਪੁਰਸ਼ ਜੇ ਰਿਸ਼ੀ ਮੁਨੀ ਵੀ ਇੱਥੇ ਮਾਰ ਖਾ ਕੇ ਕ੍ਰੋਧ ਤੇ ਆ ਗਏ। ਆ ਰਿਸ਼ੀ ਜਿਹੜੀਆਂ ਲੜਾਈਆਂ ਹੋਈਆਂ ਰਿਸ਼ੀਆਂ ਮੁਨੀਆਂ ਜਾਂ ਕਾਹਤੇ ਹੋਈਆਂ, ਕ੍ਰੋਧ ਕਰਕੇ ਹੋਈਆਂ ਹੈ। ਹੁਣ ਜੇ ਰਾਵਣ ਹਰ ਸਾਲ ਸਾੜਦੇ ਆ, ਪਰ ਮੇਰੇ ਹਿਸਾਬ ਦੇ ਨਾਲ ਗੁੱਸਾ ਆਉਂਦਾ ਜਦੋਂ ਇੱਕ ਸਾਡੀ ਮੈਂਟੈਲਿਟੀ ਬਣ ਗਈ ਆ, ਅੱਜ ਕੱਲ ਗਾਲ ਤਾਂ ਨਿਕਲਦੀ ਹੈ ਕਿ ਗਾਲਾਂ ਸਾਡੇ ਵੈਸੇ ਰੂਟੀਨ ਦੇ ਵਿੱਚ ਵੀ ਚਾਹ ਨਾਲ ਵੀ ਗਾਲ ਕੱਢ ਲੈਂਦੇ, ਤੇ ਜੋ ਚਾਹ ਨਾਲ ਗਾਲ ਕੱਢ ਸਕਦੇ ਗੁੱਸੇ ਦੇ ਵਿੱਚ, ਫਿਰ ਆਪੇ ਹੀ ਆਉਣੀ ਧੜ ਆਉਣੀਆਂ ਗਾਲਾਂ ਫਿਰ। ਜੀ ਬ੍ਰੇਕ ਤੋਂ ਬਾਅਦ ਹਾਜ਼ਰ ਹੈ, ਕਰਦੇ ਹਾਂ ਤੁਹਾਡੇ ਨਾਲ ਗੱਲਬਾਤ। ਗੁੱਸੇ ਦੀ ਗੱਲਬਾਤ ਚੱਲਦੀ ਹੈ, ਗੁੱਸਾ ਵੈਸੇ ਆ ਜਾਂਦਾ ਮੱਲੋ ਮੱਲੀ ਨਾ ਚਾਹੁੰਦੇ ਹੋਏ ਵੀ ਕਈ ਵਾਰੀ, ਪਰ ਉਹਦਾ ਕਈ ਸਿਆਣੇ ਬੰਦੇ ਇਲਾਜ ਬਹੁਤ ਵਧੀਆ ਦੱਸ ਦਿੰਦੇ ਆ। ਕੋਈ ਨੂੰਹ ਸੱਸ ਦੀ ਲੜਾਈ ਜ਼ਿਆਦਾ ਰਹਿੰਦੀ ਸੀ, ਅਤੇ ਸੱਸ ਜਿਹੜੀ ਕਿਸੇ ਬਾਬੇ ਕੋਲ ਗਈ ਸਿਆਣੇ ਕੋਲ, ਵੀ ਮੇਰੀ ਨੂੰਹ ਲੜਦੀ ਬਹੁਤ ਆ, ਮੈਂ ਕੀ ਕਰਾਂ, ਮੈਨੂੰ ਗੁੱਸਾ ਆ ਜਾਂਦਾ। ਅਤੇ ਬਾਬੇ ਨੇ ਇੱਕ ਪੁੜੀ ਜੀ ਦੇਤੀ ਵੀ ਜਦੋਂ ਨੂੰਹ ਬੋਲਣ ਲੱਗੇ ਤੂੰ ਦੰਦ ਥੱਲੇ ਨਾ ਦੱਬ ਕੇ, ਅਤੇ ਉਹਨੂੰ ਕੁੱਟੀ ਜਾਣਾ, ਜਿਵੇਂ ਜਿਵੇਂ ਤੂੰ ਉਹਨੂੰ ਪੁੜੀ ਨੂੰ ਕੁੱਟੀ ਜਾਏਂਗੇ ਦੰਦ ਥੱਲੇ, ਉਨਾ ਉਨਾ ਤੇਰੀ ਨੂੰਹ ਦਾ ਨੁਕਸਾਨ ਹੋਊਗਾ। ਲਓ ਜੀ, ਉਹ ਤਾਂ ਪੁੜੀ ਵਧੀਆ ਸਿੱਧ ਹੋਈ, ਉਹਨੇ ਦੰਦਾਂ ਥੱਲੇ ਘੁੱਟਣੀ, ਇੱਦਾਂ ਜਦੋਂ ਲੜਾਈ ਹੋਣੀ ਉਹਨੇ ਨੂੰਹ ਨੇ ਆਪੇ ਬੋਲ ਬੋਲ ਕੇ ਚੁੱਪ ਕਰ ਜਾਣਾ, ਚੱਲੇ ਤਾਂ ਬੋਲਦੀ ਕੁਛ ਨਹੀਂ, ਦਫਾ ਕਰੋ। ਉਹ ਕਹਿੰਦੀ ਬਾਬਾ ਜੀ ਬੜੀ ਵਧੀਆ ਤੁਸੀਂ ਚੀਜ਼ ਦਿੱਤੀ, ਕੀ ਸੀ? ਉਹਨਾਂ ਕੱਖ ਨਹੀਂ ਸੀ, ਉਹ ਨਹੀਂ ਦੰਦਾਂ ਥੱਲੇ ਦੱਬ ਲਈ ਤੂੰ ਬੋਲ ਨਹੀਂ ਸਕਦੀ ਸੀ, ਅਤੇ ਉਹ ਨਹੀਂ ਦੇਰ 'ਚ ਉਹਦਾ ਗੁੱਸਾ ਠੰਡਾ ਹੋ ਜਾਂਦਾ ਸੀ। ਗੱਲ ਇੰਨੀ ਹੋਈ ਆ, ਮੁੱਕ ਦੀ ਗੱਲ ਜਿਹੜੀ ਹੈ। ਹੈਲੋ 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 ਬਈ ਜੱਗੀ ਸਾਹਿਬ। ਹਾਂਜੀ ਹਾਂਜੀ ਪਰਿਪੂਰਨਾ ਜੀ, ਮਾਸੀ ਜੀ ਕੀ ਹਾਲ ਚਾਲ? ਠੀਕ ਹੈ, ਗੁੱਸਾ ਆਉਂਦਾ ਕਦੇ? ਵਸਦਾ ਰਹਾ ਮੇਰਾ ਜੱਗੀ ਜਗਤਾਰ, ਚੜ੍ਹਦੀਆਂ ਕਲਾ 'ਚ ਰੱਖੇ ਰਹੇ ਤੈਨੂੰ। ਗੁੱਸਾ ਆਉਂਦਾ ਕਦੇ? ਗੁੱਸੇ ਦੀਆਂ ਗੁੱਸਾ ਲਾਉਂਦਾ ਵੀ ਹੈ ਨਾ, ਤਾਂ ਗੁੱਸੇ 'ਤੇ ਆਉਂਦਾ ਗੁੱਸਾ ਕਦੇ? ਤੇ ਗੁੱਸਾ ਤਾਂ ਬਹੁਤ ਭੈੜੀ ਚੀਜ਼ ਹੈ, ਤੇ ਮੈਨੂੰ ਗੁੱਸਾ ਚੜ੍ਹਦਾ ਆਪਣੇ ਆਪ 'ਤੇ। ਹੈਂ ਕਿਉਂ ਮੈਨੂੰ ਗੁੱਸਾ ਇਉਂ ਚੜ੍ਹਦਾ? ਇੱਕ ਤਾਂ ਮੇਰੀ ਖੰਘ ਨਹੀਂ ਹਟਦੀ। ਅੱਛਾ, ਖੰਘ ਨਹੀਂ ਹਟਦੀ ਤੇ ਇੱਕ ਮੇਰੇ ਪੈਰ ਮੱਚਦੇ ਆ। ਓਹੋ, ਨਹੀਂ ਇਹ ਗੁੱਸਾ ਕਰਨ ਵਾਲੀ ਕੋਈ ਗੱਲ ਨਹੀਂ, ਦਵਾਈ ਲੈਣ ਵਾਲੀ ਗੱਲ ਹੈ। ਅੱਛਾ, ਮੈਨੂੰ ਬਹੁਤ ਲੋਕਾਂ ਨੇ ਕਿਹਾ, ਇੱਕ ਮਿੰਟ, ਤੇ ਮੈਨੂੰ ਨਾ ਆਪਣੀ ਦਵਿੰਦਰ ਸੋਢੀ ਦੀ ਕਵਿਤਾ ਬਹੁਤ ਸੋਹਣੀ ਲੱਗਦੀ ਹੈ, ਬਹੁਤ ਮੇਰਾ ਦਵਿੰਦਰ ਹੋਠੀ। ਚਲੋ ਚਲੋ ਠੀਕ ਹੈ, ਮੈਂ ਜਿਹੜੀ ਗੱਲ ਪੁੱਛਣ ਲੱਗਾ, ਮੇਰੀ ਗੱਲ ਧਿਆਨ ਨਾਲ ਸੁਣੋ, ਮੇਰੀ ਗੱਲ ਧਿਆਨ ਨਾਲ ਸੁਣੋ। ਹਾਂ, ਤੇ ਮੇਰੇ ਆਵਾਜ਼ ਪਾਠ ਵੀ ਆਉਂਦੀ ਹੈ, ਪਾਠ ਵੀ ਹੈ ਨਾ। ਠੀਕ ਹੈ ਜੀ, ਚਲੋ ਮੈਂ ਜਿਉਂਦਾ ਬਾਦਾਰਾ ਜੱਗੀ ਜਗਤਾਰ ਤੇ ਇਹ ਜੇ ਵਧੀਆ ਸ਼ੋਅ ਲਿਆ ਕਰ, ਤੇ ਹੁਣ ਮੇਰੀ ਇੱਕ ਇੱਕ ਦੂਜਾ ਖੁਆਇਸ਼ ਪੂਰੀ ਕਰਦੇ ਜੱਗੀ। ਹਾਂਜੀ, ਮੋਦੀ ਬਣ ਹੁਣ ਮੋਦੀ ਸਾਹਿਬ ਬਣ ਕੇ ਦਿਖਾਵੇ। ਠੀਕ ਹੈ ਠੀਕ ਹੈ, ਚਲੋ ਮਿਹਰਬਾਨੀ ਜੀ, ਮਿਹਰਬਾਨੀ ਮਾਸੀ, ਗੱਲ ਸੁਣਦੀ ਨਹੀਂ ਮੇਰੀ ਅਸਲ 'ਚ, ਹੁਣ ਪਤਾ ਨਹੀਂ ਇਹ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ, ਕੌਣ ਬੋਲਦੇ? ਹਾਂਜੀ, ਮੈਂ ਹਰਜਿੰਦਰ ਕੌਰ ਬੋਲਦੀ ਹਾਂ ਜੀ, ਕੈਨੇਡਾ ਤੋਂ। ਹਾਂਜੀ ਹਾਂਜੀ, ਬਹੁਤ ਬਹੁਤ ਸਵਾਗਤ ਹੈ ਜੀ। ਕੀ ਕਹਿਣਾ ਚਾਹੁੰਦੇ ਜੀ, ਸਾਰੇ ਮਾਹੌਲ ਤੇ ਗੁੱਸੇ ਨੂੰ ਕਿਵੇਂ ਕਾਬੂ ਕਰ ਸਕਦੇ ਆ, ਕਿਵੇਂ ਗਾਲ ਤੋਂ, ਅਸਲ 'ਚ ਗੱਲ ਵੱਧਦੀ ਗਾਲ ਤੋਂ ਬਾਅਦ ਹੈ। ਗੁੱਸੇ ਆਲੂ ਗੁੱਸੇ ਕਰਕੇ ਹੀ ਸੁਣਾਉਣ ਲੱਗੀ ਆ ਜੀ। ਹਾਂਜੀ ਜ਼ਰੂਰ ਜੀ। ਅਸੀਂ ਦਿੱਲੀ ਰਹਿੰਦੇ ਸੀ ਤੇ ਸਾਡੇ ਪਿੱਛੇ ਕਿਸੇ ਦੇ ਬਾਪ ਬੇਟੇ ਦੀ ਲੜਾਈ ਹੋ ਗਈ ਆਪਸ ਵਿੱਚ ਜੀ, ਤਾਂ ਉਹਦੇ ਵਿੱਚ ਇੰਨਾ ਬਾਪ ਬੇਟੇ 'ਚ ਲੜਾਈ ਹੋ ਗਈ, ਬਹੂ ਵੀ ਉਹਦੀ ਹਟਾਉਂਦੀ ਰਹੀ, ਉਹਦੀ ਮਾਂ ਵੀ ਨਹੀਂ ਹਟੇ, ਦੋਨੇ ਬਾਪ ਨੇ ਅੰਦਰ ਬਦੂਕ ਕੱਢੀ ਤੇ ਬਾਪ ਪੁੱਤ ਦਾ ਮਾਰਤੀ ਚਾਕਾ, ਪੁੱਤ ਦਾ ਗੋਲੀ ਲੱਗੀ ਤੇ ਪੁੱਤ ਥੋਂ ਹੀ ਮਰ ਗਿਆ। ਆਈ ਜੇ ਪੁਲਿਸ ਤਾਂ ਉਹਨੂੰ ਵੀ ਬਾਪ ਨੂੰ ਫੜ ਕੇ ਬੰਦ ਕਰਵਾ ਤਾ। ਉਹ ਘਰ ਦੇ ਸਾਰੇ ਰਿਸ਼ਤੇਦਾਰ ਬਹੂ ਨੂੰ ਕਹਿੰਦੇ ਵੀ ਤੂੰ ਜਵਾਨਤ ਦੇ ਕੇ ਸਹੁਰੇ ਨੂੰ ਛੁਡਾ ਲਾ। ਉਹ ਕਹਿੰਦੀ ਵੀ ਮੈਂ ਕਿਉਂ ਛੁਡਵਾ ਲਵਾਂ, ਮੇਰਾ ਘਰ ਵਾਲਾ ਮਾਰਤਾ, ਮੈਂ ਇਹਨੂੰ ਕੀ ਕਰਨਾ ਇੱਥੇ ਹੁਣ ਘਰ ਬਿਠਾ ਤਾ। ਗੱਲ ਸਕਿੰਟਾਂ ਦੀ ਹੈ, 10 ਸਕਿੰਟ 20 ਸਕਿੰਟ। ਹਾਂਜੀ
ਮੈਂ ਕਿਹਾ ਜੀ ਗੱਲ 10 ਸਕਿੰਟ 20 ਸਕਿੰਟ ਦੀ ਗੱਲ ਆ, ਜਦੋਂ ਗੁੱਸਾ ਆਉਂਦਾ ਉਹ ਉਨੇ ਕੁ ਸਮੇਂ 'ਚ ਆਪਣਾ ਕੰਮ ਕਰ ਜਾਂਦਾ। ਹਾਂਜੀ ਉਹ 1 ਸਕਿੰਟ ਵਿੱਚ ਹੋ ਗਿਆ ਸਾਰਾ ਕੁਛ, ਪਹਿਲਾਂ ਲੜਦੇ ਰਹੇ ਜਦ ਗੋਲ ਵੱਜੀ, ਫਿਰ ਤਾਂ 10 ਮਿੰਟ ਵੀ ਨਹੀਂ ਲੱਗੇ ਸਾਰਾ ਕੰਮ ਖਤਮ ਹੋ ਗਿਆ ਦੋਵਾਂ ਦਾ। ਇਹਦਾ ਹੱਲ ਕੀ ਹੈ ਜੀ? ਹੱਲ ਆਪਾਂ ਕੀ ਕਰ ਸਕਦੇ, ਕੀ ਸੁਨੇਹਾ ਦੇ ਸਕਦੇ ਸਾਡੇ ਦਰਸ਼ਕਾਂ ਨੂੰ ਵੀ ਕੀ ਕਰਨਾ ਚਾਹੀਦਾ ਜਦੋਂ ਗੁੱਸਾ ਆਉਂਦਾ? ਪਤਾ ਨਹੀਂ ਦੁਨੀਆਂ ਵਿੱਚ ਹੈ ਕੋਈ ਇੱਕ ਵਿੱਚ ਨਹੀਂ ਹੈਗਾ ਇਹ, ਸਾਰੀ ਦੁਨੀਆਂ ਵਿੱਚ ਬੱਚੇ ਦੇ ਲੈ ਕੇ ਬੁੱਢੇ ਤੱਕ, ਜਵਾਨਾਂ ਨੂੰ ਤਾਂ ਤੁਸੀਂ ਛੱਡੋ ਸਾਰਿਆਂ 'ਚ ਹੀ ਹੈ। ਹਾਂਜੀ ਕੋਈ ਹੋਊਗਾ 100 ਮਾਂ ਇੱਕ ਜਿਹੜਾ ਸਹਿਣ ਕਰੂਗਾ, ਨਹੀਂ ਤਾਂ ਵੀ ਆਪਣਾ ਕੱਢੇ ਲੈਂਦੇ ਆ ਕੋਈ ਨਾ ਕੋਈ। ਇਹਦਾ ਕਾਰਨ ਕੀ ਹੈ ਜੀ? ਪਹਿਲੇ ਸਮਿਆਂ ਦੇ ਵਿੱਚ ਵੀ ਇੰਨਾ ਹੀ ਗੁੱਸਾ ਹੁੰਦਾ ਸੀ ਲੋਕਾਂ ਦੇ ਵਿੱਚ, ਜਾਂ ਪਹਿਲਾਂ ਘੱਟ ਹੁੰਦਾ ਸੀਗਾ, ਅੱਜ ਕੱਲ੍ਹ ਜ਼ਿਆਦਾ? ਪਹਿਲਾਂ ਥੋੜ੍ਹਾ, ਪਹਿਲਾਂ ਜੀ ਘੱਟ ਹੁੰਦਾ ਸੀ ਥੋੜ੍ਹਾ, ਹੁਣ ਤਾਂ ਅੱਗਾਂ 'ਚ ਬੱਚੇ ਹੁੰਦੇ ਸੀ ਉਹ ਕਦੇ ਮਾਂ ਬਾਪ ਦੇ ਅੱਗੇ ਨਹੀਂ ਬੋਲਦੇ ਸੀ। ਹਾਂਜੀ ਕੰਮ ਨੂੰ ਪਹਿਲਾਂ ਉਹਨਾਂ ਨੇ ਫਟਾਫਟ ਕਰਨਾ, ਅੱਜ ਕੱਲ੍ਹ ਦੇ ਬੱਚਿਆਂ ਨੂੰ ਤੁਸੀਂ ਛੇੜ ਕੇ ਦੇਖ ਲਓ। ਹਾਂਜੀ ਬਿਲਕੁਲ ਜੀ, ਬਿਲਕੁਲ ਸਹੀ ਗੱਲ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਤੁਹਾਡਾ ਕਾਲ ਕਰਨ ਵਾਸਤੇ। ਗੱਲ ਅਸਲ 'ਚ ਇਹ ਚੀਜ਼ ਵੈਸੇ ਵਾਕਈ ਇਹਨਾਂ ਦੀ ਗੱਲ ਸਹੀ ਹੈਗੀ ਕਿ ਗੁੱਸਾ ਪਹਿਲੇ ਸਮਿਆਂ ਦੇ ਵਿੱਚ ਸ਼ਾਇਦ ਇੰਨਾ ਨਹੀਂ ਸੀ ਆਉਂਦਾ। ਅਗਰ ਅਸੀਂ ਰਿਸ਼ਤਿਆਂ ਦੀ ਗੱਲ ਕਰੀਏ, ਰਿਸ਼ਤਿਆਂ ਵਿੱਚ ਇੰਨਾ ਗੁੱਸਾ ਨਹੀਂ ਸੀ ਆਉਂਦਾ। ਅੱਜ ਕੱਲ੍ਹ ਗੁੱਸਾ ਇੱਕਦਮ, ਜੇ ਮੀਆਂ ਬੀਵੀ ਦੀ ਗੱਲ ਕਰੀਏ ਤਾਂ ਮਾੜਾ ਜਿਹਾ ਗੁੱਸਾ ਆਇਆ ਨਹੀਂ ਤਾਂ ਜਦੇ ਤਲਾਕ। ਪਹਿਲੇ ਸਮੇਂ ਦੇ ਵਿੱਚ ਗੁੱਸਾ ਆਉਂਦਾ ਵੀ ਸੀ ਅਤੇ ਬਾਅਦ ਦੇ ਵਿੱਚ ਉਹਨੂੰ ਸੋਲਵ ਕਰ ਲਿਆ ਜਾਂਦਾ ਸੀ, ਹੱਲ ਕੱਢ ਲਿਆ ਜਾਂਦਾ ਸੀ ਉਹਦਾ, ਤਾਂ ਕਿ ਰਿਸ਼ਤੇਦਾਰ ਬੈਠ ਬਿਠਾ ਕੇ। ਸੋ ਅੱਜ ਕੱਲ੍ਹ ਰਿਸ਼ਤਿਆਂ ਦੇ ਵਿੱਚ ਤਰਾਰ ਪੈਣ ਦਾ ਇੱਕ ਇਹ ਵੀ ਕਾਰਨ ਹੈ, ਬਿਨਾਂ ਵਜ੍ਹਾ ਗੁੱਸਾ ਸ਼ਾਇਦ ਉਹ ਹੁਣ ਖੁਰਾਕਾਂ ਦਾ ਵੀ ਕਹਿ ਦਿੰਦੇ, ਬਹੁਤ ਸਾਰੇ ਲੋਕ ਕਹਿੰਦੇ ਵੀ ਖੁਰਾਕਾਂ ਇਹੋ ਜਿਹੀਆਂ ਆ ਗਈਆਂ। ਪਹਿਲਾਂ ਖੁਰਾਕਾਂ ਵਧੀਆ ਸੀ, ਦਿਮਾਗ ਬੰਦੇ ਦੇ ਠੰਡੇ ਰਹਿੰਦੇ ਸੀਗੇ, ਬਲੱਡ ਪ੍ਰੈਸ਼ਰ ਦੀ ਬਿਮਾਰੀ ਕਦੇ ਸੁਣੀ ਸੁਣੀ ਨਹੀਂ ਸੀ, ਸ਼ੂਗਰ ਕਦੇ ਸੁਣੀ ਸੁਣਾਈ ਨਹੀਂ ਸੀਗੀ, ਅਤੇ ਅੱਜ ਕੱਲ੍ਹ ਇਹ ਚੀਜ਼ਾਂ ਖੁਰਾਕਾਂ ਦਾ ਕਰਕੇ ਵੀ ਹੋ ਰਹੀਆਂ, ਤਾਂ ਵੀ ਗੁੱਸਾ ਬੰਦੇ ਨੂੰ ਆ ਰਿਹਾ। ਪਰ ਜਿਹੜਾ ਵੀ ਗੁੱਸਾ ਆਉਂਦਾ ਖਾਸ ਤੌਰ 'ਤੇ ਪਬਲਿਕ ਫਿਗਰ ਜਿਹੜਾ ਹੈਗਾ ਉਹਦੇ ਵਾਸਤੇ ਤਾਂ ਬਹੁਤ ਜ਼ਿਆਦਾ ਨੁਕਸਾਨ ਕਰਦਾ। ਆਮ ਬੰਦੇ ਨੂੰ ਜਦੋਂ ਗੁੱਸਾ ਆਉਂਦਾ ਉਹ ਠੀਕ ਆ, 19 ਕੁ ਜਗ੍ਹਾ ਗੱਲ ਹੁੰਦੀ ਹੈ ਅਤੇ 19 ਕੁ ਜਗ੍ਹਾ ਗੱਲ ਹੋ ਕੇ ਗੱਲ ਖਤਮ ਹੋ ਜਾਂਦੀ ਹੈ। ਪਰ ਜਦੋਂ ਕਿ ਪਬਲਿਕ ਫਿਗਰ ਗੁੱਸਾ ਕਰਦੀ ਹੈ ਔਰ ਗੁੱਸੇ ਦੇ ਵਿੱਚ ਖਾਸ ਤੌਰ 'ਤੇ ਗਾਲ ਨਿਕਲ ਜਾਂਦੀ ਹੈ, ਤਾਂ ਉਹਦਾ ਤਾਂ ਫਿਰ ਬਹੁਤ ਰੱਜ ਕੇ ਬੁਰਾ ਮਨਾਇਆ ਜਾਂਦਾ। ਪਰ ਇਹਦੇ 'ਚ ਗੁੱਸੇ ਨੂੰ ਜਿਹੜੀ ਮੈਂ ਚੀਜ਼ ਦੱਸੀ ਆ ਵੀ ਸ਼ਾਇਦ ਕਿਤੇ ਨਾ ਕਿਤੇ ਕਾਰਗਰ ਸਿੱਧ ਹੋ ਸਕਦੀ, ਪਰ ਉਹ ਹੁੰਦੀ ਨਹੀਂ। ਤੁਸੀਂ ਚੁੱਪ ਵੀ ਹੈਗੇ ਹੋ, ਸਾਹਮਣੇ ਵਾਲੇ ਚੁੱਪ ਰਹਿ ਨਹੀਂ ਦਿੰਦਾ, ਚਾਹੇ ਸਕਾ ਭਰਾ। ਪਿੰਡਾਂ ਦੇ ਵਿੱਚ ਬਾਹਲੇ ਕੇਸ, ਜਿਹੜੇ ਪੁਰਾਣੇ ਸਮਿਆਂ ਦੀ ਗੱਲ ਕਰੀਏ, ਗੁੱਸਾ ਆਉਂਦਾ ਸੀ, ਗੁੱਸਾ ਉਹ ਐਂ ਨਹੀਂ ਸੀ ਆਉਂਦਾ ਵੀ ਬਿਨਾਂ ਗੱਲ ਤੋਂ ਗੁੱਸਾ ਆ ਗਿਆ। ਗੁੱਸਾ ਜੇ ਸਕੇ ਭਰਾਵਾਂ ਦੇ ਵਿੱਚ ਵੀ ਹੁੰਦਾ ਸੀ ਤਾਂ ਉਹ ਹੁੰਦਾ ਸੀ ਵੱਟ ਬੰਨੇ ਦਾ, ਵੀ ਜ਼ਮੀਨ ਉਹਦੀ ਉਹਨੂੰ ਚੱਲ ਗਈ, ਉਹਦੀ ਉਹਨੂੰ ਚੱਲ ਗਈ, ਮੁੜ ਕੇ ਗੁੱਸਾ ਆਉਣਾ, ਇੱਕ ਨੇ ਇੱਕ ਨੂੰ ਮਾਰ ਦੇਣਾ, ਦੂਆ ਸਾਰੀ ਉਮਰ ਦੇ ਵਿੱਚ ਜੇਲ੍ਹ 'ਚ। ਚਲੋ ਜੀ ਪਈ ਹੈ ਜ਼ਮੀਨ, ਦੇਖੀ ਜੋ ਜ਼ਮੀਨ ਨਾਲ ਸਾਰੀ ਉਮਰ ਲੋਕ ਦੇਖੀ ਜਾਣੇ, ਫਲਾਨੀਆਂ ਦੀ ਜ਼ਮੀਨ ਆ ਵੀ, ਇੱਕ ਨੇ ਭਰਾ ਮਾਰਤਾ ਸੀ, ਦੂਆ ਜੇਲ੍ਹ 'ਚ ਬੈਠਾ। ਸੋ ਇਹ ਚੀਜ਼ਾਂ ਨੂੰ ਕੰਟਰੋਲ ਕਰਨ ਵਾਸਤੇ ਮੇਰਾ ਸਵਾਲ ਇਹ ਸੀਗਾ ਸਾਰਿਆਂ ਵਾਸਤੇ, ਇਹਨੂੰ ਕੰਟਰੋਲ ਕਰਨ ਵਾਸਤੇ ਸਾਨੂੰ ਕੀ ਕੀ ਉਪਰਾਲੇ ਕਰਨੇ ਚਾਹੀਦੇ, ਜਿੱਥੇ ਬਾਕੀ ਬੁਰਾਈਆਂ ਨੇ ਜਾਂ ਬਿਮਾਰੀਆਂ ਨੇ ਬਹੁਤ ਸਾਰੀਆਂ ਸਾਡੇ ਸਮਾਜ ਦੀਆਂ, ਉੱਥੇ ਮੈਂ ਸਮਝਦਾ ਇਹ ਵੀ ਇੱਕ ਬਿਮਾਰੀ ਹੈ ਜਾਂ ਬੁਰਾਈ ਹੈ ਜਿਹਦਾ ਕੋਈ ਹੱਲ ਹੋਣਾ ਚਾਹੀਦਾ। ਇਹਦੀਆਂ ਤਾਜ਼ਾ ਘਟਨਾਵਾਂ ਜਿਹੜੀਆਂ ਸਾਡੇ ਸਾਹਮਣੇ ਆਈਆਂ ਨੇ, ਉਹ ਤਾਜ਼ਾ ਘਟਨਾਵਾਂ ਦੇ ਵਿੱਚ ਗੁੱਸੇ ਦੇ ਵਿੱਚ ਕਿੰਨਾ ਕੁਛ ਕਰਤਾ ਸਾਡੇ ਸਿੰਗਰਾਂ ਨੇ, ਕਿੰਨਾ ਕੁਛ ਕਰਤਾ ਜਿਹੜੇ ਸੋਸ਼ਲ ਮੀਡੀਆ ਵਾਲੇ ਆ ਉਹਨਾਂ ਨੇ ਸਿੰਗਰਾਂ ਨੂੰ ਕਿੰਨਾ ਕੁਛ ਕਰਤਾ, ਬਹੁਤ ਤੜਾ ਤੜ ਚੱਲੀ ਜਾਂਦਾ ਗੁੱਸਾ। ਇੱਕ ਹੋਰ ਦੋ ਸਿੰਗਰ ਸੀਗੇ ਸਾਡੇ ਇਦੂ ਪਹਿਲਾਂ, ਇੱਕ ਉਹ ਕਿਹੜਾ ਐਲੀ ਮਾਂਗੜ ਅਤੇ ਰੋਮੀ ਰੰਧਾਵਾ, ਉਹਨਾਂ ਨੇ ਵੀ ਫੇਸਬੁੱਕ 'ਤੇ ਇੱਕ ਦੂਜੇ ਨਾਲ ਲੜੇ, ਜੇ ਉਹ ਉੱਥੇ ਆ ਜਾ ਇਕੱਠੇ ਹੋ ਜਾ, ਉਹ ਵੀ ਇੱਕ ਜੇਲ੍ਹ 'ਚ ਬੈਠਾ ਮੁੜ ਕੇ ਕਹਿੰਦਾ ਜੀ ਉਹਦੀ ਗਲਤੀ, ਉਹ ਕਹਿੰਦਾ ਮੇਰੀ ਗਲਤੀ, ਉਹ ਕਹਿੰਦਾ ਮੇਰੀ ਗਲਤੀ। ਬਾਅਦ 'ਚ ਗੁੱਸਾ ਆਉਣ ਤੋਂ ਬਾਅਦ ਅਗਰ ਗਾਲ ਨਿਕਲਦੀ ਹੈ ਤਾਂ ਗਲਤੀ ਮੰਨਣਾ ਮਾੜੀ ਗੱਲ ਮੇਰੇ ਖਿਆਲ ਨਹੀਂ ਹੈਗੀ, ਗਲਤੀ ਮੰਨ ਕੇ ਉਹਦੇ ਨਾਲ ਇੱਕਦਮ ਸਾਰਾ ਕੁਝ ਸਹੀ ਹੋ ਜਾਂਦਾ। ਨਿੱਕੀ ਜਿਹੀ ਗੱਲ ਮੈਨੂੰ ਚੇਤੇ, ਕਈ ਵਾਰੀ ਗਲਤੀ ਮੰਨਣ ਤੋਂ ਬਾਅਦ ਵੀ ਲੋਕ ਮਾਫ਼ ਨਹੀਂ ਕਰਦੇ। ਸਿੱਧੂ ਮੂਸੇਵਾਲੇ ਨਾਲ ਮੇਰੀ ਗੱਲ ਹੋਈ, ਉਹ ਕਹਿੰਦਾ ਭਾਅ ਜੀ ਮੇਰੇ ਕੋਲ ਗਲਤ ਕਿਹਾ ਗਿਆ, ਬਹੁਤ ਵੱਡੀ ਗੱਲ, ਮੈਂ ਮਾਫ਼ੀ ਮੰਗ ਲਈ, ਲੋਕਾਂ ਨੇ ਮੈਨੂੰ ਫੇਰ ਨਹੀਂ ਬਖਸ਼ਿਆ, ਲੋਕਾਂ ਨੇ ਮੇਰੇ ਘਰ ਦੇ ਅੱਗੇ ਮੁਜ਼ਾਹਰਾ ਕੀਤਾ, ਮੈਂ ਫੇਰ ਨਹੀਂ ਕੁਛ ਬੋਲਿਆ, ਫਿਰ ਲੋਕਾਂ ਨੇ ਮੇਰੇ ਘਰ ਆ ਕੇ ਮੇਰੇ ਮਾਂ ਬਾਪ ਤੋਂ ਹੱਥ ਜੜਵਾ ਲਏ, ਪੈਰੀ ਹੱਥ ਲਵਾ ਲਏ, ਅਤੇ ਮੈਂ ਫਿਰ ਵੀ ਨਹੀਂ ਉਹਨਾਂ ਦਾ ਢਿੱਡ ਭਰਿਆ, ਫਿਰ ਮੇਰੇ ਖਿਲਾਫ਼ ਕੇਸ ਵੀ ਕਰਤਾ, ਫਿਰ ਵੀ ਢਿੱਡ ਨਹੀਂ ਭਰਿਆ, ਹੁਣ ਆ ਕੇ ਫਿਰ 40-50 ਤੀਏ ਚੁੱਕ ਦੇ ਨਾ ਕੇ ਮੇਰੇ ਘਰ ਅੱਗੇ ਗਾਲਾਂ ਗੂਲਾਂ ਕੱਢ ਜਾਂਦੇ ਆ, ਫਿਰ ਵੀ ਢਿੱਡ ਨਹੀਂ ਭਰਿਆ, ਮੈਂ ਮਾਫ਼ੀ ਮੰਗ ਲਈ। ਅਤੇ ਉਹਦਾ ਫਿਰ ਇਹ ਵੀ ਚੀਜ਼ ਹੈਗੀ, ਕਈ ਵਾਰੀ ਮਾਫ਼ੀ ਅਗਲਾ ਮੰਗ ਲੈਂਦਾ, ਅਸੀਂ ਮਾਫ਼ ਨਹੀਂ ਕਰਦੇ। ਫਿਲਹਾਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਕੋਸ਼ਿਸ਼ ਕਰਾਂਗੇ ਕਰ ਲੈਣ ਦੀ, ਦੇਖਦੇ ਰਹੋ ਜਸ ਪੰਜਾਬੀ। ਜੀ ਬ੍ਰੇਕ ਤੋਂ ਬਾਅਦ ਕੋਸ਼ਿਸ਼ ਕਰਦੇ ਫਟਾਫਟ ਇੱਕ ਦੋ ਕਾਲਾਂ ਲਈਏ ਤੁਹਾਡੀਆਂ, ਅਤੇ ਫਿਰ ਪ੍ਰੋਗਰਾਮ ਸਮਾਪਤੀ ਦੀ ਔਰ। ਹੈਲੋ ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਕਹਿਣਾ ਚਾਹੁੰਦੇ ਜੀ? ਮੈਂ ਤਾਂ ਜਸ ਪੰਜਾਬੀ ਦਾ ਆਸ਼ਿਕ ਹਾਂ,
ਤੇ ਤੁਹਾਡਾ ਇਹ ਰੂਪ ਬੜੇ ਦਿਨਾਂ ਬਾਅਦ ਮੈਂ ਜਸ ਪੰਜਾਬੀ ਤੇ ਔਨ ਹੋਇਆ ਤੇ ਤੁਹਾਡਾ ਇਹ ਰੂਪ ਤੇ ਤੁਹਾਡਾ ਦੇਖ ਕੇ ਨਾ ਮੈਂ ਗਦਗਦ ਹੋ ਗਿਆ ਜੀ। ਬਹੁਤ ਮਿਹਰਬਾਨੀ। ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਜੀ? ਤੇ ਮੈਂ ਪਾਲ ਸਿੰਘ ਬੋਲ ਰਿਹਾ ਜੀ, ਕੈਲੀਫੋਰਨੀਆ ਤੋਂ। ਪਾਲ ਸਿੰਘ ਜੀ, ਵਿੱਚੋਂ ਕੀ ਗੈਪ ਪੈ ਗਿਆ, ਕੀ ਗੱਲ? ਉਹ ਗੱਲ ਏਦਾਂ ਜੀ ਕਿ ਬੁੱਢਾ ਆਦਮੀ ਆ ਰੁਝੇਵਿਆਂ ਦੇ ਵਿੱਚ ਤੇ ਜਸ ਪੰਜਾਬੀ ਜਿਹੜਾ ਸਾਡੇ ਕੋਲ ਹੈਗੇ ਸਨ ਉਹਦੇ ਵਿੱਚ ਆਏ ਨਹੀਂ, ਪਰ ਤੁਹਾਡਾ ਮੈਂ ਹੁਣ ਤੁਹਾਡਾ ਗੁੱਸੇ ਤੇ ਆਵਾਂਗਾ ਤੁਹਾਡਾ ਜ਼ਿਆਦਾ, ਕਿਉਂਕਿ ਮੈਂ ਗੱਲ ਹੈ ਕਿ ਜਸ ਜਿਹੜਾ ਹੈਗਾ ਗੁੱਸਾ ਇਹ ਤੇ ਨੈਚੁਰਲ ਫਿਨੋਮਾ ਹੈ ਜੀ, ਤੇ ਅਸੀਂ ਆਮ ਆਦਮੀ ਤੇ ਭਾਈ ਗੱਲ ਹੈ ਕਿ ਜਿਹੜੇ ਸੱਤ ਥੋੜੇ ਆ ਜਿਹੜੇ ਗੁੱਸੇ ਨੂੰ ਪੀ ਜਾਈਏ ਜੀ, ਕਿਉਂਕਿ ਤੁਹਾਡਾ ਪ੍ਰੋਗਰਾਮ ਥੋੜਾ ਜਿਹਾ ਸ਼ਾਰਟ ਹੈ ਭਾਈ, ਜੇ ਗੁੱਸੇ ਨੂੰ ਜੇ ਆਉਂਦਾ ਇਹਨੂੰ ਕੱਢ ਜ਼ਰੂਰ ਦਿਓ ਜੀ, ਪਰ ਨਹੀਂ ਗੁੱਸੇ ਨਾਲ ਗਾਲ ਨਹੀਂ ਨਾ ਨਿਕਲਣੀ ਚਾਹੀਦੀ, ਗੁੱਸਾ ਕੱਢੋ ਗਾਲ ਨਾ ਕੱਢੋ, ਤੇ ਪੰਜਾਬੀ ਪੁੱਤਰ ਗਾਲ ਨਹੀਂ ਕੱਢੇਗਾ ਤੇ ਕੀ ਕਰੇਗਾ ਉਹ ਤਾਂ, ਤੇ ਮੈਂ ਉਹਨੂੰ ਪੰਜਾਬੀ ਪੁੱਤਰ ਨੂੰ ਮੈਂ ਕਹਾਂਗਾ ਮੂਰਖ ਨਾਲ ਨਾ ਉਲਝੀਏ, ਮੇਰੀ ਗੱਲ ਵੀ ਸੁਣ ਲਓ, ਮੈਨੂੰ ਕੰਪਲੀਟ ਕਰ ਲੈਣ ਦਿਓ, ਉਹਨੂੰ ਟਿਕਟ ਮਿਲ ਜਾਣੀ ਹੈ, ਉਹ ਹੁਣ ਪੋਲੀਟੀਸ਼ੀਅਨ ਬਣ ਜਾਣਾ ਉਹਨੇ, ਬੀਜੇਪੀ ਦੀ ਮਿਲੂ ਟਿਕਟ ਨਾ, ਤੇ ਹੁਣ ਤੁਸੀਂ ਦੇਣੀ ਆ ਲੋਕਾਂ ਨੇ ਦਵਾਣੀ ਹੈ, ਕਹਿੰਦਾ ਨਾਮ ਹੋਆ ਬਦਨਾਮ ਹੋਆ, ਨਾਮ ਤਾਂ ਹੋਆ ਤੇ ਅਖੀਰਲੀ ਗੱਲ, ਕਿਉਂਕਿ ਤੁਸੀਂ ਮੈਨੂੰ ਵਜਾਣਾ ਚਾਹੁੰਦੇ ਪਰ ਮੈਂ ਭੱਜ ਕੇ ਅਖੀਰਲੀ ਗੱਲ ਕਹਿਣੀ ਚਾਹਾਂਗਾ, ਉਹ ਭਾਈ ਜੇ ਤੁਹਾਨੂੰ ਗੁੱਸਾ ਆਉਂਦਾ ਕਿਸੇ ਤੇ ਵੀ ਆਉਂਦਾ ਤੇ ਹਰ ਚੀਜ਼ ਦਾ ਹੈਗਾ ਹੱਲ ਹੈਗਾ, ਤੁਸੀਂ ਬਾਥਰੂਮ ਵਿੱਚ ਜਾਓ, ਜਾ ਕੇ ਉਸ ਬੰਦੇ ਦਾ ਨਾਂ ਲਿਖ ਕੇ ਚਿੱਤਰ ਕੱਢ ਲਓ ਔਰ ਮਾਰੀ ਜਾਓ ਉਹਦੇ ਉੱਤੇ। ਚਲੋ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਹਾਂਜੀ ਗੁੱਸਾ, ਔਰ ਅਖੀਰਲੀ ਗੱਲ, ਜੇ ਗੱਲ ਜੇ ਫਿਰ ਗੁੱਸਾ ਆਉਂਦਾ ਜਨਾਨੀ ਨਾਲ ਰਹਿਣਾ ਜੇ ਉਹਦੇ ਕਰਕੇ ਹੈਗਾ, ਪੈਗ ਲਾ ਲਓ, 2 ਲੱਖ ਲਾ ਲਓ ਤੇ ਉਹਦੇ ਦਾ ਸਾਰਾ ਗੁੱਸਾ ਕੱਢ ਲਓ, ਔਰ ਸਵੇਰੇ ਉੱਠ ਕੇ ਸੋਰੀ ਕਹਿ ਦਿਓ, ਗੁੱਸੇ ਦੇ ਨਾਲ ਸੋਰੀ ਵੀ ਧਿਆਨ ਆ ਜੀ। ਮਿਹਰਬਾਨੀ ਜੀ, ਥੈਂਕ ਯੂ। ਤੁਸੀਂ ਜਸ ਪੰਜਾਬੀ ਦੇਖੋ ਕਾਲ ਕਰਿਆ ਕਰੋ, ਵੈਸੇ ਕਹਿੰਦੇ ਵੀ ਜਨਾਨੀ ਦਾ ਗੁੱਸਾ ਹੁੰਦਾ, ਜਨਾਨੀ ਨਹੀਂ ਗੁੱਸਾ ਕਰਨ ਦਿੰਦੀ, ਉੱਥੇ ਤਾਂ ਗੁੱਸਾ ਸਾਰਾ ਇੱਕਦਮ ਵੈਸੇ ਹੀ ਠੰਡਾ ਹੋ ਜਾਂਦਾ ਮੇਰੇ ਖਿਆਲ ਜ਼ਿਆਦਾਤਰ ਘਰਾਂ ਦੇ ਵਿੱਚ। ਖੈਰ ਕਾਲਾਂ ਹੋਰ ਹੈਗੀਆਂ, ਅਜੇ ਲੈ ਨਹੀਂ ਹੋਣੀਆਂ, ਅਜੇ ਫਿਰ ਕਿਸੇ ਦਿਨ ਵਿਸ਼ਾ ਆਪਾਂ ਇਹ ਰੱਖਾਂਗੇ। ਸੋ ਗੁੱਸੇ ਦੀ ਗੱਲ ਇਹੀ ਹੈ ਵੀ ਜੇ ਕੋਈ ਕਰਦਾ ਵਾ ਅੱਗਿਓਂ ਉਕਸਾਉਂਦਾ ਹੈ, ਗੁੱਸਾ 2 ਤਰੀਕੇ ਨਾਲ ਜਦੋਂ ਬੰਦਾ ਅੱਗਿਓਂ ਉਕਸਾਉਂਦਾ ਤਾਂ ਉਹ 'ਤੇ ਉਕਸਾਹ ਨਾ ਹੋਵੋ, ਉਹ 'ਤੇ ਮਤਲਬ ਉਹਦੀਆਂ ਗੱਲਾਂ 'ਚ ਨਾ ਆਓ ਤਾਂ ਗੁੱਸਾ ਨਹੀਂ ਕਰੋਗੇ। ਉਹ ਬੰਦੇ ਦੀ ਕੋਸ਼ਿਸ਼ ਹੁੰਦੀ ਵੀ ਉਕਸਾਵੇ ਇਹਨੂੰ ਗੁੱਸਾ ਆਵੇ ਅਤੇ ਮੇਰੇ 'ਤੇ ਹੱਥ ਚੱਕੇ ਅਤੇ ਮੈਂ ਮੁੜ ਕੇ ਇਹਦੇ ਤੋਂ ਫਾਇਦਾ ਲਵਾਂ, ਇਹ ਵੀ ਇਹੋ ਜਿਹਾ ਬੜਾ ਕੁਛ ਹੈਗਾ। ਚਲੋ ਉਮੀਦ ਕਰਦੇ ਜੀ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਵਧੀਆ ਲੱਗਿਆ ਹੋਏਗਾ। ਕੱਲ੍ਹ ਨੂੰ ਫਰਿੱਜ ਨੂੰ ਏਰੀਏ ਦੇ ਵਿੱਚ ਦਰਸ਼ਨ ਮੇਲੇ ਹੋਣਗੇ, ਸਵੇਰੇ ਮੈਂ ਫਰਿੱਜ ਨੂੰ ਪਹੁੰਚ ਜਾਣਾ, ਉੱਥੇ ਜੇ ਦੋਸਤ ਮਿੱਤਰ ਜਿਹੜੇ ਹੈਗੇ ਸਾਰੇ ਉਹਨਾਂ ਦਰਸ਼ਨ ਮੇਲੇ ਕਰਨੇ ਆ। ਅਤੇ ਅੱਜ ਲਈ ਇੰਨੇ ਹੀ ਕਾਫੀ। ਈਮੇਲ ਨੋਟ ਕਰ ਲਓ, jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ, ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ 209-450-3363-62। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।